ਸਸ਼ਕਾਲ ਐਚਐਸਐਨ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੀਤਲ ਠਾਕੁਰ ਚੋਣਾ ਦੀ ਚੰਗੇਰ ਪ੍ਰੋਗਰਾਮ 'ਚ ਨਿੱਘਾ ਸਵਾਗਤ ਕਰਦੀ ਆ। ਸੋ ਵੱਖ-ਵੱਖ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਚੋਣਾਂ ਦੇ ਦਿਨ ਨੇ ਸੋ ਸਿਆਸਤ ਪੂਰੀ ਤਰ੍ਹਾਂ ਪੱਕੀ ਹੋਈ ਐ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਕਿਹਦੀ ਸਰਕਾਰ ਬਣੇਗੀ? ਟੁਕਿਆਂ ਤੇ ਦਾਅਵਿਆਂ ਦਾ ਜਿਹੜਾ ਮੌਸਮ ਐ ਉਹ ਚੱਲ ਰਿਹਾ ਐ ਸੋ ਇਹਨਾਂ ਟੁਕਿਆਂ ਤੇ ਦਾਅਵਿਆਂ ਦੇ ਮੌਸਮ ਦੇ ਵਿੱਚ ਜਨਤਾ ਕਿਹੜੇ ਪੰਬਲਪੂਸੇ ਦੇ ਵਿੱਚ ਐ ਤੇ ਕਿਵੇਂ ਇਸ ਪੰਬਲਪੂਸੇ 'ਚੋਂ ਜਨਤਾ ਬਾਹਰ ਆਏ? ਇਨਾ ਸਾਰੇ ਵਿਸ਼ਾ ਦੇ ਉੱਤੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਸਾਡੇ ਮਾਹਿਰ ਮਹਿਮਾਨ ਸਾਡੇ ਨਾਲ ਜੁੜੇ ਹੋਏ ਨੇ ਮਿਸਟਰ ਬਲਜੀਤ ਸਿੰਘ ਸਰ ਬਹੁਤ-ਬਹੁਤ ਸਵਾਗਤ ਹੈ ਚੰਗੇਰ ਪ੍ਰੋਗਰਾਮ 'ਚ ਸ਼ੁਕਰੀਆ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਸਰ ਜਿੱਦਾਂ ਤੁਹਾਨੂੰ ਪਤਾ ਹੈ ਕਿ ਚੋਣਾਂ ਦੇ ਦਿਨ ਨਜ਼ਦੀਕ ਨੇ ਔਰ ਚੋਣਾਂ ਦਾ ਸੱਚ ਕੀ ਹੈ ਤੇ ਅਸੱਚ ਕੀ ਹੈ ਇਹ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਜਨਤਾ ਨੂੰ ਇਹਦੇ ਬਾਰੇ ਜਾਣਕਾਰੀ ਦਈਏ ਅੱਜ ਮੈਂ ਤੁਹਾਡੇ ਨਾਲ ਗੱਲ ਕਰੂੰਗੀ ਜਦੋਂ ਵੀ ਜੇ ਕਿਸੇ ਵੀ ਹਲਕੇ ਦੇ ਵਿੱਚ ਇੱਕ ਉਮੀਦਵਾਰ ਖੜਾ ਹੁੰਦਾ ਲੜਨ ਦੇ ਲਈ ਬੜੀ ਦੇਰ ਤੋਂ ਇਹੋ ਜਿਹੀ ਇੱਕ ਕਵਾਇਦ ਚੱਲ ਰਹੀ ਹੈ ਕਿ ਉਸੇ ਨਾਮ ਤੋਂ ਜਨਤਾ ਨੂੰ ਭੁਲੇਖਾ ਪਾਣ ਦੇ ਲਈ ਇੱਕ ਹੋਰ ਆਜ਼ਾਦ ਉਮੀਦਵਾਰ ਖੜਾ ਕਰ ਦਿੱਤਾ ਜਾਂਦਾ ਹੈ ਜਿੱਦਾਂ ਕਿ ਛੋਟੀ ਜੀ ਮੈਂ ਤੁਹਾਡੇ ਨਾਲ ਇੱਥੇ ਉਦਾਹਰਣ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਚਮਕੌਰ ਸਾਹਿਬ ਹਲਕੇ ਤੋਂ ਇਸ ਵਾਰ ਸਾਡੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਖੜੇ ਨੇ ਔਰ ਉਹਨਾਂ ਦੇ ਮੁਕਾਬਲੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਚਰਨਜੀਤ ਸਿੰਘ ਨਾਮ ਦਾ ਇੱਕ ਉਮੀਦਵਾਰ ਜਿਹੜਾ ਖੜਾ ਕੀਤਾ ਤਾਂ ਕਿ ਜਨਤਾ ਨੂੰ ਵੋਟ ਪਾਉਣ ਲੱਗੇ ਥੋੜੇ ਜਿਹਾ ਭਲੇਖੇ ਪੈਣੇ ਸ਼ੁਰੂ ਹੋ ਜਾਣ ਇਸ ਤੋਂ ਇਲਾਵਾ ਜੇ ਥੋੜਾ ਜਿਹਾ ਇਤਿਹਾਸ ਤਜਾਈਏ ਤਾਂ ਇਤਿਹਾਸ ਦੇ ਵਿੱਚ ਵੀ 2014 ਦੇ ਵਿੱਚ ਜਦੋਂ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਤੋਂ ਚੌਂ ਮੈਦਾਨ ਦੇ ਵਿੱਚ ਖੜੇ ਸਨ ਤਾਂ ਡਾਕਟਰ ਅਮਰਿੰਦਰ ਸਿੰਘ ਦੇ ਨਾਮ ਤੇ ਇੱਕ ਆਜ਼ਾਦ ਉਮੀਦਵਾਰ ਖੜੇ ਹੋਏ ਸਨ ਇਹਦੇ ਨਾਲ ਹੀ ਨਾਲ ਮਨਪ੍ਰੀਤ ਸਿੰਘ ਬਾਦਲ ਤਾਂ ਉਸ ਵੇਲੇ ਹੱਕੇ-ਬੱਕੇ ਰਹਿ ਗਏ ਜਦੋਂ ਉਹਨਾਂ ਦੇ ਹੀ ਹਲਕੇ ਤੋਂ ਇੱਕ ਆਜ਼ਾਦ ਉਮੀਦਵਾਰ ਜਿਹਦਾ ਨਾਮ ਸੀ ਮਨਪ੍ਰੀਤ ਸਿੰਘ ਬਾਦਲ ਉਹ ਖੜੇ ਹੋਏ ਸਨ ਸੋ ਇਹੋ ਜੇ ਬਹੁਤ ਵਾਰ ਉਦਾਹਰਨਾ ਪਹਿਲਾਂ ਵੀ ਮਿਲੀਆਂ ਤੇ ਹੋ ਵੀ ਸਕਦਾ ਹੈ ਇਸ ਵਾਰ ਵੀ ਇਹੋ ਜਿਹਾ ਉਦਾਹਰਨਾ ਹੋਣ ਸਾਡੇ ਨਾਲ ਸੋ ਜਨਤਾ ਕਿਵੇਂ ਇਨ੍ਹਾਂ ਤੋਂ ਬਚੇ ਸ਼ੀਤਲ ਜੀ ਗੱਲ ਇਹ ਹੈ ਕਿ ਜਿਹੜੀ ਸਿਆਸਤ ਹੈ ਨਾ ਹੂੰ ਇਹ ਹੁਣ ਇਮਾਨਦਾਰਾਨਾ ਖੇਡ ਨਹੀਂ ਰਹੀ ਜੀ ਇਹ ਧੋਖੇ ਫਰੇਬ ਦੀ ਹੈ ਹੂੰ ਔਰ ਇਹਦੇ ਵਿੱਚ ਹਰ ਵਿਅਕਤੀ ਜਿਹੜਾ ਕੋਈ ਸਿਆਸਤਦਾਨ ਉਮੀਦਵਾਰ ਬਣਦਾ ਕਿਸੇ ਪਾਰਟੀ ਦਾ ਉਹ ਹਰ ਤਰ੍ਹਾਂ ਦੀ ਵਾਹ ਲਾਉਂਦਾ ਤੇ ਸਿਆਸੀ ਪਾਰਟੀ ਆਪਣੇ ਮਤਲਬ ਵੱਲੋਂ ਵੀ ਪੂਰਾ ਜ਼ੋਰ ਲਾਉਂਦੀ ਹੈ ਕਿ ਸਾਨੂੰ ਕਿਵੇਂ ਨਾ ਕਿਵੇਂ ਜਿੱਤ ਪ੍ਰਾਪਤ ਹੋਵੇ ਜਾਂ ਸਾਡੇ ਉਮੀਦਵਾਰ ਜਿੱਤਣ ਤਾਂ ਇਸ ਕਰਕੇ ਲੋਕਾਂ ਨੂੰ ਭੰਬਲ ਬੂਸੇ ਚ ਪਾਉਣ ਵਾਸਤੇ ਇੱਕ ਜਗ੍ਹਾ ਤੋਂ ਜਿਹੜਾ ਮਤਲਬ ਜਿੱਤਣ ਵਾਲਾ ਉਮੀਦਵਾਰ ਹੁੰਦਾ ਉਹਦੇ ਮੁਕਾਬਲੇ 'ਚ ਕੋਈ ਐਸਾ ਉਮੀਦਵਾਰ ਉਹਦਾ ਹੀ ਮਤਲਬ ਜਿਹੜਾ ਹਮਨਾਮ ਹੁੰਦਾ ਉਹਨੂੰ ਖੜਾ ਕਰ ਦਿੱਤਾ ਜਾਂਦਾ ਤਾਂ ਕਿ ਲੋਕਾਂ ਨੂੰ ਇਹ ਲੱਗੇ ਕਿ ਮਤਲਬ ਵੋਟਾਂ ਜਿਹੜੀਆਂ ਨੇ ਓਹੋ ਟੁੱਟ ਜਾਣ ਜੀ ਬਹੁਤ ਸਾਰੇ ਲੋਕ ਵਿਚਾਰੇ ਅਨਪੜ੍ਹ ਨੇ ਹਨਾ ਤਾਂ ਲੇਕਿਨ ਇਹ ਉਹਨਾਂ ਨੂੰ ਇਹ ਨਹੀਂ ਹੁੰਦਾ ਵੀ ਉਹਨਾਂ ਨੂੰ ਸਮਝਾ ਕੇ ਤੋਰ ਦਿੰਦੇ ਆ ਕਿ ਵੀ ਤੂੰ ਇਹਦੇ ਨਾਂ ਤੇ ਵੋਟ ਪਾਉਣੀ ਆ ਔਰ ਇਸ ਤਰ੍ਹਾਂ ਦੀਆਂ ਬੜੀਆਂ ਚਾਲਾਂ ਚੱਲੀਆਂ ਜਾਂਦੀਆਂ ਨੇ ਹੂੰ ਇਹ ਸਿਰਫ ਮਤਲਬ ਲੋਕਾਂ ਨੂੰ ਇੱਕ ਤਰ੍ਹਾਂ ਨਾਲ ਗੁੰਮਰਾਹ ਕਰਨ ਦੀ ਕੋਵਾਇਦ ਹੁੰਦੀ ਆ ਹੂੰ ਇੱਕ ਇਹੀ ਇਹੀ ਨਹੀਂ ਸਿਰਫ ਹੋਰ ਬਹੁਤ ਸਾਰੀਆਂ ਦੀਆਂ ਗੱਲਾਂ ਨੇ ਜਿਹੜੀਆਂ ਉਹ ਆਪਣੀ ਪਾਰਟੀ ਨੂੰ ਜਿਤਾਉਣ ਵਾਸਤੇ ਜਾਂ ਆਪਣੇ ਉਮੀਦਵਾਰ ਨੂੰ ਜਿਤਾਉਣ ਵਾਸਤੇ ਕੀਤੀਆਂ ਜਾਂਦੀਆਂ ਨੇ ਜਿਵੇਂ ਜਿਹੜੀਆਂ ਅੱਜ ਕੱਲ੍ਹ ਟੀਵੀ ਚੈਨਲਸ ਨੇ ਜਾਂ ਸਾਈਟਾਂ ਨੇ ਜਾਂ ਸੋਸ਼ਲ ਸਾਈਟਸ ਨੇ ਤੁਸੀਂ ਉਹਨਾਂ ਦੇ ਵਖਿਆ ਹੁਣ ਆਇਆ ਕਿ ਬਹੁਤ ਵਾਰੀ ਇਸ ਤਰ੍ਹਾਂ ਦੀ ਮਤਲਬ ਉਹ ਆ ਜਾਂਦੀ ਹੈ ਕਿ ਪੇਸ਼ੀਨ ਹੋਈ ਕਿ ਜੀ ਉੱਥੋਂ ਜੀ ਫਲਾਨਾ ਉਮੀਦਵਾਰ ਜਿਹੜਾ ਉਹ ਜਿੱਤ ਰਿਹਾ ਹੂੰ ਤੇ ਇੱਕ ਮਤਲਬ ਆਹ ਤਾਂ ਪੱਕਾ ਜਿੱਤੇਗਾ ਔਰ ਫੇਰ ਨਾ ਇੱਕ ਮਤਲਬ ਪੋਲ ਦੇ ਜ਼ਰੀਏ ਜੀ ਉਹ ਪੋਲ ਦੇ ਵਿੱਚ ਦਾਵਾ ਕੀਤਾ ਜਾਂਦਾ ਹੈ ਕਿ ਇਸ ਪਾਰਟੀ ਨੂੰ ਇੰਨੀਆਂ ਸੀਟਾਂ ਮਿਲ ਰਹੀਆਂ ਨੇ ਇਸ ਪਾਰਟੀ ਨੂੰ ਇੰਨੀਆਂ ਮਿਲ ਰਹੀਆਂ ਇਹ ਸਾਰਾ ਕੁਝ ਜਿਹੜਾ ਨਾ ਪੈਸੇ ਲੈ ਕੇ ਕੀਤਾ ਜਾਂਦਾ ਜੀ ਜਿਹੜੇ ਵੱਡੇ ਵੱਡੇ ਚੈਨਲ ਨੇ ਤੋਂ ਤੱਕ ਉਹ ਵੀ ਖਰੀਦ ਲਏ ਜਾਂਦੇ ਨੇ ਔਰ ਉਹਨਾਂ ਚੈਨਲ ਦੇ ਉੱਤੇ ਜਿਹੜੇ ਕੋਈ ਪਹਿਲਾਂ ਲੋਕ ਬੋਲਦੇ ਨੇ ਜਾਂ ਉਹਨਾਂ ਦੇ ਜਿਹੜੇ ਐਂਕਰ ਹੁੰਦੇ ਨੇ ਜਾਂ ਨਿਊਜ਼ ਰੀਡਰ ਹੁੰਦੇ ਨੇ ਜਾਂ ਉਹਨਾਂ ਦੇ ਐਨਾਲਿਸਟ ਹੁੰਦੇ ਨੇ ਉਹ ਸਾਰਾ ਕੁਝ ਜਿਹੜਾ ਕਰ ਰਹੇ ਹੁੰਦੇ ਨੇ ਉਹ ਦਰਸਲ ਪੈਸੇ ਲੈ ਕੇ ਹੋ ਰਿਹਾ ਹੁੰਦਾ ਔਰ ਇੱਕ ਪਾਰਟੀ ਨੂੰ ਅੱਗੇ ਲਿਜਾਣ ਵਾਸਤੇ ਜਾਂ ਪਾਰਟੀ ਨੂੰ ਲੋਕਾਂ ਦੇ ਵਿੱਚ ਲੋਕਪ੍ਰੀਆ ਬਣਾਉਣ ਵਾਸਤੇ ਇਸ ਤਰ੍ਹਾਂ ਦੀ ਮੁਹਿੰਮ ਕੱਲੇ ਇੱਕ ਸੂਬੇ ਪੱਧਰ ਤੇ ਨਹੀਂ ਜਿੱਥੇ ਚੋਣਾਂ ਹੁੰਦੀਆਂ ਬਲਕਿ ਰਾਸ਼ਟਰੀ ਪੱਧਰ ਤੇ ਵੀ ਚਲਾਈ ਜਾਂਦੀ ਹੈ ਔਰ ਚਲਾਈ ਜਾਂਦੀ ਰਹੀ ਹੈ ਆਪ ਨੂੰ ਪਤਾ ਹੋਵੇਗਾ ਕਿ ਮੋਦੀ ਜੀ ਨੇ ਮਤਲਬ ਪਹਿਲੀ ਵਾਰੀ ਚੋਣ ਲੜੀ ਤਾਂ ਉਸ ਵੇਲੇ ਕੀ ਹਾਲ ਸੀ ਤਦ ਕੀ ਬਾਰ ਮੋਦੀ ਸਰਕਾਰ ਦਾ ਨਾਰਾ ਜਿਹੜਾ ਉਹ ਇਸ ਤਰ੍ਹਾਂ ਬੁਲੰਦ ਕੀਤਾ ਗਿਆ ਔਰ ਹਰ ਚੈਨਲ ਦੇ ਉੱਤੇ ਮਤਲਬ ਲੋਕਾਂ ਨੂੰ ਇਹ ਜਿਤਾ ਦਿੱਤਾ ਗਿਆ ਕਿ ਤੁਹਾਡੀਆਂ ਮੁਸ਼ਕਲਾਂ ਮੁਸੀਬਤਾਂ ਦੂਰ ਕਰਨ ਵਾਸਤੇ ਜਿਹੜਾ avatars ਪੈਦਾ ਹੋਇਆ ਉਹ ਨਰਿੰਦਰ ਮੋਦੀ ਹੈ ਹਮ ਔਰ ਉਸ ਤੋਂ ਬਾਅਦ ਤੁਸੀਂ ਦੇਖ ਲਿਆ ਕੀ ਹੋ ਗਿਆ ਕਿ ਜਿਹੜੀਆਂ ਗੱਲਾਂ ਉਦੋਂ ਕੀਤੀਆਂ ਗਈਆਂ ਸੀ ਔਰ ਮੋਦੀ ਜੀ ਜਦੋਂ ਵਿਰੋਧੀ ਧਿਰ ਚ ਸਨ ਉਦੋਂ ਜਿਹੜੀਆਂ ਗੱਲਾਂ ਕਰਦੇ ਸੀ ਪੈਟਰੋਲ ਡੀਜ਼ਲ ਨੂੰ ਜਾਂ ਮਹਿੰਗਾਈ ਨੂੰ ਲੈ ਕੇ ਉਹ ਸਾਰੀਆਂ ਗੱਲਾਂ ਔਰ ਬੇਰੋਜ਼ਗਾਰੀ ਨੂੰ ਲੈ ਕੇ ਜਿਹੜੇ ਉਹ ਦਾਅਵੇ ਕੀਤੇ ਗਏ ਗਰੀਬੀ ਭੁੱਖਮਰੀ ਇਸ ਨੂੰ ਖਤਮ ਕਰਨ ਵਾਸਤੇ ਜਿਹੜੇ ਮੋਦੀ ਜੀ ਵੱਲੋਂ ਦਾਅਵੇ ਕੀਤੇ ਗਏ ਔਰ ਜਿਹੜੇ ਗਵਾਂਢੀ ਦੁਸ਼ਮਣ ਮੁਲਕਾਂ ਨੂੰ ਸਬਕ ਸਿਖਾਉਣ ਵਾਸਤੇ ਜਿਹੜੇ ਦਾਅਵੇ ਕੀਤੇ ਗਏ ਉਹ ਕਿਵੇਂ ਮਤਲਬ ਰੇਤ ਦੇ ਬੁਰਜ ਵਾਂਗੂ ਢਾਹ ਢੇਰੀ ਹੋ ਗਏ ਔਰ ਅੱਜ ਲੋਕਾਂ ਦੇ ਅੰਦਰ ਇਹ ਹੈ ਕਿ ਇਹ ਬੰਦੇ ਨੇ ਇੰਨਾ ਕੁਝ ਕਹਿਣ ਤੇ ਵੀ ਮਤਲਬ ਸਾਨੂੰ ਠੱਗਿਆ ਤੋ ਇਸ ਤਰ੍ਹਾਂ ਦੀ ਇੱਕ ਭਾਵਨਾ ਸੋ ਇਹ ਸਾਰਾ ਕੁਝ ਹੁੰਦਾ ਕਿਉਂਕਿ ਅੱਜ ਕੱਲ ਜਿਹੜਾ ਜ਼ਮਾਨਾ ਹੈ ਨਾ ਹਰ ਬੰਦੇ ਦੀ ਕੀਮਤ ਤੈਅ ਕਰ ਲਈ ਜਾਂਦੀ ਹੈ ਕਿ ਉਹਨੂੰ ਐਵੇਂ ਠਗਿਆ ਜਾਵੇ ਉਸ ਨੂੰ ਮਤਲਬ ਪੈਸੇ ਲੈੇ ਜਾਣ ਉਹਦੇ ਤੋਂ ਮਤਲਬ ਉਸ ਨੂੰ ਪੈਸੇ ਦਿੱਤੇ ਜਾਣ ਉਹਨੂੰ ਖਰੀਦਿਆ ਜਾਵੇ ਉਹਦੀ ਉਹਦਾ ਸੌਦਾ ਕੀਤਾ ਜਾਵੇ ਤੋ ਇਸ ਤਰ੍ਹਾਂ ਦੀਆਂ ਗੱਲਾਂ ਬੜੀਆਂ ਆਮ ਨੇ ਔਰ ਇਹ ਹੈਗਾ ਕਿ ਕਿਸੇ ਨਾ ਕਿਸੇ ਤਰੀਕੇ ਵੀ ਹਰ ਧੋਖੇ ਫਰੇਮ ਦੇ ਨਾਲ ਤੁਸੀਂ ਆਪਣੇ ਉਮੀਦਵਾਰ ਨੂੰ ਜਿਤਾਓ ਤੇ ਆਪਣੀ ਪਾਰਟੀ ਨੂੰ ਤੁਸੀਂ ਅੱਗੇ ਲਿਆਓ ਜੀ ਬਿਲਕੁਲ ਸੋ ਜਨਤਾ ਦੇ ਲਈ ਬੜਾ ਜ਼ਰੂਰੀ ਹੈ ਇਹਨਾਂ ਸਾਰੀਆਂ ਉਹਨਾਂ ਦੀਆਂ ਕੀਤੀਆਂ ਹੋਈਆਂ ਰਾਜਨੀਤੀਆਂ ਨੂੰ ਪਛਾਣਨਾ ਕਿਉਂਕਿ ਜਨਤਾ ਨੇ ਵੋਟ ਦੇਣੀ ਹੈ ਔਰ ਤੁਸੀਂ ਕਿਸੇ ਵੀ ਭਲੇਖੇ ਦੇ ਵਿੱਚ ਨਹੀਂ ਰਹਿਣਾ ਬਿਲਕੁਲ ਸੋਚ ਵਿਚਾਰ ਕੇ ਅਸੀਂ ਕਿੰਨੂੰ ਵੋਟ ਪਾਉਣੀ ਹੈ ਉਹਦਾ ਧਿਆਨ ਰੱਖ ਕੇ ਪਾਉਣੀ ਹੈ ਕਿਉਂਕਿ ਕਈ ਵਾਰ ਨਾਮਾਂ ਦਾ ਜਿਹੜਾ ਪੁਲੇਖਾ ਹੈ ਕਈ ਵਾਰ ਕੀ ਬਹੁਤ ਵਾਰ ਏਦਾਂ ਹੋ ਰਿਹਾ ਹੈ ਕਿ ਨਾਮਾਂ ਦਾ ਪੁਲੇਖਾ ਜਨਤਾ ਨੂੰ ਪਾਇਆ ਜਾ ਰਿਹਾ ਹੈ ਇਹਦੇ ਨਾਲ ਹੀ ਸਰ ਦੂਸਰੀ ਗੱਲ ਕਰਾਂ ਇੱਕ ਮੌਕਾ ਕੇਜਰੀਵਾਲ ਨੂੰ ਸੋ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਹੈ ਆਪਣਾ ਨਾਰਾ ਬਦਲਿਆ ਨਾਰੇ ਦੇ ਵਿੱਚ ਹੁਣ ਭਗਵੰਤ ਮਾਨ ਦਾ ਵੀ ਨਾਮ ਹੈ ਜਿਹੜਾ ਐਡ ਕਰ ਲਿਆ ਅਸੀਂ ਨਾਰੇ ਦੀ ਗੱਲ ਅੱਜ ਇੱਥੇ ਨਹੀਂ ਕਰਾਂਗੇ ਅਸੀਂ ਗੱਲ ਕਰਾਂਗੇ ਕੇਜਰੀਵਾਲ ਦੇ ਵੱਲੋਂ ਚੱਲ ਰਹੀ ਡਿਜੀਟਲ ਮੁਹਿੰਮ ਦੀ ਉਹਨਾਂ ਨੇ ਦਿੱਲੀ ਵਾਸੀਆਂ ਨੂੰ ਇੱਕ ਸੁਨੇਹਾ ਭੇਜਿਆ ਸੁਨੇਹੇ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਦਿੱਲੀ ਦੇ ਵਿੱਚ ਰਹਿ ਕੇ ਕੇਜਰੀਵਾਲ ਸਰਕਾਰ ਨੇ ਜੋ-ਜੋ ਚੰਗੀ ਕੰਮ ਕੀਤੇ ਨੇ ਜੋ ਚੰਗੀਆਂ ਉਹਨਾਂ ਦੀਆਂ ਪ੍ਰਾਪਤੀਆਂ ਨੇ ਤੁਸੀਂ ਦਿੱਲੀ ਵਾਸੀਆਂ ਨੂੰ ਕਿਹਾ ਕਿ ਉਹਨਾਂ ਦੀ ਇੱਕ ਵੀਡੀਓ ਬਣਾਓ ਉਸ ਵੀਡੀਓ ਨੂੰ ਬਣਾਉਣ ਤੋਂ ਬਾਅਦ ਤੁਸੀਂ ਆਪਣੇ ਹੀ ਰਿਸ਼ਤੇਦਾਰ ਮਿੱਤਰ ਜਿਹੜੇ ਹੋਰ ਨਾ ਸੂਬਿਆਂ ਦੇ ਵਿੱਚ ਨੇ ਵੈਸੇ ਕੇਜਰੀਵਾਲ ਜੀ ਦਾ ਇੱਥੇ ਇਸ਼ਾਰਾ ਉਹਨਾਂ ਸੂਬਿਆਂ ਬਾਰੇ ਆ ਜਿਨ੍ਹਾਂ ਸੂਬਿਆਂ ਦੇ ਵਿੱਚ ਐਤਕੀ ਚੋਣਾ ਹੋਣੀ ਹੈ ਜਿੱਥੇ ਆਮ ਆਦਮੀ ਪਾਰਟੀ ਚੋਣਾਂ ਲੜ ਰਹੀ ਹੈ ਜੀ ਸੋ ਉਹਨਾਂ ਸੂਬਿਆਂ ਦੇ ਵਿੱਚ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਵੀਡੀਓ ਭੇਜਣ ਨੂੰ ਕਿਹਾ ਔਰ ਉਹਨਾਂ ਨੇ ਇਹਦੇ ਵਿੱਚ ਇਹ ਗੱਲ ਕਹੀ ਹੈ ਕਿ ਜਿਸ ਦਿੱਲੀ ਵਾਸੀ ਜਿਸ ਨਾਗਰਿਕ ਦੀ ਵੀਡੀਓ ਸਭ ਤੋਂ ਜ਼ਿਆਦਾ ਸ਼ੇਅਰ ਹੋਏਗੀ ਉਹਦੇ ਨਾਲ ਮੈਂ ਡਿਨਰ ਕਰੂੰਗਾ ਇਹਦੇ ਵਿੱਚ ਉਹਨਾਂ ਨੇ ਇੱਕ ਦੇ ਨਾਲ ਇੱਕ ਮੁਫਤ ਜਿਹੜੀ ਮਾਰਕੀਟਿੰਗ ਕੀਤੀ ਹੈ ਯਾਨੀ ਕਿ ਹੁਣ ਕੇਜਰੀਵਾਲ ਦੇ ਨਾਲ ਭਗਵੰਤ ਮਾਨ ਮੁਫਤ ਮਿਲਣਗੇ ਜਾਂ ਫਿਰ ਭਗਵੰਤ ਮਾਨ ਦੇ ਨਾਲ ਕੇਜਰੀਵਾਲ ਜੀ ਮੁਫਤ ਮਿਲਣਗੇ ਦੇਖੋ ਇਹ ਬਹੁਤ ਵੱਡੀ ਡਰਾਮੇਬਾਜ਼ੀ ਹੈ ਹੂੰ ਇਹ ਬੰਦੇ ਦੇ ਨਾਲ ਡਿਨਰ ਕਰਨਾ ਚੱਕਰਵਰਤੀ ਕੋਈ ਮਹਾਰਾਜਾ ਹੈ ਵੀ ਇਹਦੇ ਨਾਲ ਡਿਨਰ ਕਰਕੇ ਲੋਕ ਮਤਲਬ ਸੋਚਣਗੇ ਕਿ ਬਹੁਤ ਜੀ ਸਾਨੂੰ ਮਾਣ ਮਿਲਿਆ ਹੂੰ ਜਾਂ ਬਿਕਰਮਾ ਦਿੱਤਾ ਹੈ ਇਹ ਬੰਦਾ ਉਹ ਹੈ ਦੇਖੋ ਇਹਨੇ ਜਿਹੜਾ ਪੰਜਾਬ 'ਚ ਡਰਾਮਾ ਕੀਤਾ ਪਹਿਲਾਂ ਆਪਾਂ ਉਹਦੀ ਗੱਲ ਕਰਦੇ ਹਾਂ ਇਹਦਾ ਵੀ ਮੈਂ ਜਵਾਬ ਦਊਂਗਾ ਤੁਹਾਨੂੰ ਉਹ ਇਹ ਹੈ ਕਿ ਰਾਗਵ ਚੱਡੇ ਦੇ ਫੋਨ ਦੇ ਉੱਤੇ ਜਿੰਨੀਆਂ ਕਾਲਾਂ ਹੋਈਆਂ ਨੇ ਉਹਨਾਂ ਦੀ ਗਿਣਤੀ ਸਿਰਫ ਕੁਝ ਹਜ਼ਾਰ ਹੈ ਜੀ ਔਰ ਇਹ ਭਾਂਡਾ ਜਿਹੜਾ ਹੈ ਭੰਨਿਆ ਗਿਆ ਹੁਣ ਇਹ ਹਕੀਕਤ ਜ਼ਾਹਿਰ ਹੋ ਗਈ ਹੈ ਕਿ ਇਹਨਾਂ ਨੇ ਉਹ ਜਿਹੜਾ ਸਾਰਾ ਕੁਝ ਕੀਤਾ ਹੈ ਭਗਵੰਤ ਮਾਨ ਨੂੰ ਉਮੀਦਵਾਰ ਬਣਾਉਣ ਦਾ ਜਿਹੜਾ ਨਾਟਕ ਖੇਡਿਆ ਗਿਆ ਇਹ ਸਾਰਾ ਹੀ ਮਤਲਬ ਇੱਕ ਬਹੁਤ ਸੋਚੀ ਸਮਝੀ ਚਾਲ ਦੇ ਤਹਿਤ ਕੀਤਾ ਗਿਆ ਔਰ ਜਿਹੜੀ 21,69,000 ਦਾ ਦਾਵਾ ਕਰਦੇ ਕਿ ਇੰਨੇ ਲੋਕਾਂ ਨੇ ਜੀ ਸਾਨੂੰ ਲੁੰਘਾਰਾ ਭਰਿਆ ਉਹ ਬਿਲਕੁਲ ਝੂਠ ਹੈ ਔਰ ਇਸ ਝੂਠ ਦਾ ਆਰਵਿੰਦ ਕੇਦਰੀਵਾਲ ਕੋਲੇ ਜਾਂ ਭਗਵੰਤ ਮਾਨ ਕੋਲੇ ਜਾਂ ਰਗਵ ਚੱਡੇ ਕੋਲੇ ਕੋਈ ਜਵਾਬ ਨਹੀਂ ਔਰ ਜਦੋਂ ਉਹਨਾਂ ਨੂੰ ਸਵਾਲ ਪੁੱਛਦੇ ਆ ਉਹ ਹੋਰ ਉਲ ਜਲੂਲ ਬਿਆਨਬਾਜ਼ੀ ਕਰੀ ਜਾਂਦੇ ਆ ਉਹਨਾਂ ਕੋਲੇ ਇਹ ਬਿਲਕੁਲ ਕੋਈ ਸਬੂਤ ਕੋ ਦਸਤਾਵੇਜ਼ੀ ਨਹੀਂ ਹੈ ਜਾਂ ਉਹਨਾਂ ਕੋਲੇ ਕੋਈ ਕਾਲ ਰਿਕਾਰਡ ਨਹੀਂ ਹੈ ਜਿਹੜਾ ਉਹ ਜਨਤਾ ਨੂੰ ਪੇਸ਼ ਕਰ ਸਕਣ ਔਰ ਦੱਸ ਸਕਣ ਜਾਂ ਪੱਤਰਕਾਰਾਂ ਨੂੰ ਜਵਾਬ ਦੇ ਸਕਣ ਜਾਂ ਉਹ ਵਿਰੋਧੀ ਪਾਰਟੀਆਂ ਦੇ ਆਗੂ ਜਿਹੜੇ ਸਵਾਲ ਪੁੱਛਦੇ ਆ ਕਿ ਇਹ ਨਾਟਕ ਤੁਸੀਂ ਕਿਉਂ ਕੀਤਾ ਔਰ ਤੁਸੀਂ ਇਹ ਬਹੁਤ ਵੱਡਾ ਫਰੇਵ ਜਿਹੜਾ ਲੋਕਾਂ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਹੁਣ ਇਹ ਬੇਨਕਾਬ ਹੋ ਗਿਆ ਹੁਣ ਤੁਸੀਂ ਦੱਸੋ ਮੈਨੂੰ ਤਾਂ ਐ ਲੱਗਦਾ ਹੈ ਕਿ ਇਹ ਬੰਦਾ ਜਿਹੜਾ ਇਹ ਬੜਾ ਛਾਤਰ ਹੈ ਔਰ ਡਿਨਰ ਦੀ ਗੱਲ ਕਰਦਾ ਹੈ ਮੈਨੂੰ ਤਾਂ ਇਹ ਆ ਲੱਗਦਾ ਕਿ ਜਿਹਨੂੰ ਇਹ ਡਿਨਰ ਕਰਾਊਗਾ ਕਿਤੇ ਇਹ ਨਾ ਹੋਵੇ ਵੀ ਉਹਦੀ ਜੇ ਵੀ ਖਾਲੀ ਕਰਾ ਲੇ ਕਿਉਂਕਿ ਜਿਸ ਤਰ੍ਹਾਂ ਦਾ ਇਹਦਾ ਮਤਲਬ ਐਟੀਟਿਊਡ ਰਿਹਾ ਹੁਣ ਤੱਕ ਜਿੱਥੋਂ ਵੀ ਇਹਨੂੰ ਪੈਸਾ ਮਿਲਿਆ ਉਹ ਭਾਵੇਂ ਬਾਹਰੋਂ ਮਿਲਿਆ ਉਹ ਭਾਵੇਂ 2117 ਦੀਆਂ ਚੋਣਾਂ ਤੋਂ ਪਹਿਲਾਂ ਮਿਲਿਆ ਜਾਂ ਉਹ ਪੈਸਾ ਜਿਹੜਾ ਇਹਨਾਂ ਦੀ ਪਾਰਟੀ ਦੇ ਆਗੂ ਹੁਣ ਕਹਿ ਰਹੇ ਨੇ ਇਹ ਟਿਕਟਾਂ ਵੇਚ ਕੇ ਇਕੱਠਾ ਕਰ ਰਹੇ ਨੇ ਹਮ ਐੜਾ ਬੰਦਾ ਇੰਨਾ ਲਾਲਚੀ ਹੋਵੇ ਹਣਾ ਉਸ ਬੰਦੇ ਦੀ ਮਤਲਬ ਮੈਂ ਸਮਝਦਾ ਕਿ ਸ਼ਖਸੀਅਤ ਨੂੰ ਤੁਸੀਂ ਕਿਸ ਤਰ੍ਹਾਂ ਇਸ ਤਰ੍ਹਾਂ ਸਮਝ ਸਕਦੇ ਹੋ ਕਿ ਮੈਨੂੰ ਸਵਾਬ ਮਿਲੇਗਾ ਜਾਂ ਮੈਂ ਮਾਣ ਮਹਿਸੂਸ ਕਰੂੰਗਾ ਉਹਦੇ ਨਾਲ ਡਿਨਰ ਕਰਕੇ ਕੋਈ ਉਹ ਐਡਾ ਵੱਡਾ ਬੰਦਾ ਨਹੀਂ ਹੈ ਮੈਂ ਸਮਝਦਾ ਕਿਸੇ ਇੱਕ ਰਿਕਸ਼ੇ ਵਾਲੇ ਨੂੰ ਨਾਲ ਮੈਂ ਡਿਨਰ ਕਰਨਾ ਬਿਹਤਰ ਸਮਝੂੰਗਾ ਮੈਂ ਕਿ ਮਜ਼ਦੂਰ ਜਿਹੜਾ ਦਿਹਾੜੀਦਾਰ ਆ ਉਹਦੇ ਨਾਲ ਡਿਨਰ ਕਰਨਾ ਬਿਹਤਰ ਸਮਝੂੰਗਾ ਮੈਂ ਇਸ ਬੰਦੇ ਕਲੰਕੀ ਨਾਲ ਕਿਉਂ ਡਿਨਰ ਕਰੂੰਗਾ ਜਿਹੜੇ ਬੰਦੇ ਤੇ ਭ੍ਰਿਸ਼ਟਾਚਾਰ ਦੇ ਕਿੰਨੇ આરોਪ ਨੇ ਔਰ ਇਹਦੇ ਕੋਲ ਕੋਈ ਜਵਾਬ ਨਹੀਂਗਾ ਔਰ ਇਹ ਉਹ ਬੰਦਾ ਹੈ ਐਡਾ ਵੱਡਾ ਤਾਨਾਸ਼ਾਹ ਹੈ ਜੀਨੇ ਪਾਰਟੀ ਨੂੰ ਮੋਢਾ ਦੇ ਕੇ ਖੜੇ ਕਰਨ ਵਾਲੇ ਆਗੂਆਂ ਨੂੰ ਜ਼ਲੀਲ ਕਰਕੇ ਪਾਰਟੀ ਚੋਂ ਕੱਢਿਆ ਜੀ ਔਰ ਇਹੋ ਨਾ ਬੰਦਿਆਂ ਨੂੰ ਅੱਗੇ ਲੈ ਕੇ ਆਇਆ ਇਹ ਤਾਂ ਕਹਿੰਦਾ ਸੀਗਾ ਕਿ ਪੰਜਾਬ ਦੇ ਵਿੱਚ ਮੈਂ ਐਸੀ ਸ਼ਖਸੀਅਤ ਨੂੰ ਪੇਸ਼ ਕਰੂੰਗਾ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਵਜੋਂ ਜਿਹੜੀ ਕਿ ਸਰਪ੍ਰਵਾਣਿਤ ਹੋਗੀ ਔਰ ਜਿਹਦੇ ਤੇ ਲੋਕ ਫਖਰ ਕਰਨਗੇ ਜੀ ਭਗਵੰਤ ਮਾਨ ਤੇ ਫਖਰ ਕਰਨ ਵਾਲੀ ਗੱਲ ਹੈ ਕੋਈ ਉਹਦੀਆਂ ਵੀਡੀਓਜ਼ ਵੇਖੋ ਤੁਸੀਂ ਉਹਦਾ ਅਤੀਤ ਵੇਖੋ ਔਰ ਉਹਦਾ ਵਿਵਹਾਰ ਵੇਖੋ ਤੁਸੀਂ ਹਾਂ ਹੋਰ ਬਹੁਤ ਸਾਰੇ ਲੋਕ ਕਹਿੰਦੇ ਜੀ ਨਹੀਂ ਉਹਦੇ ਜੀ ਡਿਪਲੋਮੇਸੀ ਆ ਗਈ ਹੈ ਉਹ ਡਿਪਲੋਮੇਸੀ ਭਲ ਹੋਇਓ ਐ ਥੋੜੀ ਆਉਂਦੀ ਹੁੰਦੀ ਹੈ ਵੀ ਕਿਸੇ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾ ਦਿਓ ਤਾਂ ਫਿਰ ਉਹਨੂੰ ਉੱਤੋਂ ਮਤਲਬ ਗੈਬੀ ਤਾਕਤ ਡਿਪਲੋਮੇਸੀ ਸਿੱਟੇ ਦਿੰਦੀ ਹੈ ਤੇ ਦਿਮਾਗ 'ਚ ਪਾ ਦਿੰਦੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਹੈ ਜਿਹੜੇ ਬੰਦੇ ਨੂੰ ਮਤਲਬ ਹੁਣ ਤੱਕ ਲੋਕਾਂ ਨੇ ਪਰਵਾਹ ਨਹੀਂ ਨੀ ਕੀਤਾ ਉਹ ਠੀਕ ਆ ਉਹ ਇੱਕ ਹਲਕੇ ਦੇ ਵਿੱਚ ਜਿੱਤਦਾ ਰਿਹਾ ਹੋ ਪਰ ਜਿਹੋ ਆਪਣੇ ਆਪ ਨੂੰ ਪੰਜਾਬ ਦਾ ਸਰਪ੍ਰਰਵਾਨਿਤ ਲੀਡਰ ਸਮਝਣ ਦਾ ਭਰਮ ਪਾਲੀ ਬੈਠਾ ਤਾਂ ਇਸ ਤਰ੍ਹਾਂ ਨਹੀਂ ਹੈ ਬਿਲਕੁਲ ਤੁਹਾਡੀ ਗੱਲ ਸਰ ਬਿਲਕੁਲ ਇੱਥੇ ਠੀ ਉਦੀ ਜਿਵੇਂ ਜਈ ਉਦੀ ਸ਼ਖਸੀਅਤ ਹੁੰਦੀ ਹੈ ਉਹ ਬਦਲਦੀ ਨਹੀਂ ਹੁੰਦੀ ਆਦਤਾਂ ਜੜੀਆਂ ਨੇ ਕਹਿੰਦੇ ਨਾ ਜਾਂਦੀਆਂ ਨਹੀਂ ਹੁੰਦੀਆਂ ਸੋ ਜੇਕਰ ਤੁਸੀਂ ਉਹਨੂੰ ਜਿੰਨੀ ਮਰਜ਼ੀ ਵੱਡੀ ਕੁਰਸੀ ਦੇ ਦਿਓ ਪਰ ਮੈਨੂੰ ਲੱਗਦਾ ਹੈ ਕਿ ਜੋ ਉਦੀ ਅੰਦਰੂਨੀ ਉਹਦੀਆਂ ਆਦਤਾਂ ਹੋਣਗੀਆਂ ਉਹ ਕਦੇ ਵੀ ਨਹੀਂ ਜਾਣਗੀਆਂ ਹਮੇਸ਼ਾ ਉਹਦੇ ਅੰਦਰ ਰਹਿਣਗੀਆਂ ਹੋ ਸਕਦਾ ਹੈ ਕਿ ਥੋੜੀ ਦੇਰ ਦੇ ਲਈ ਉਹ ਕੋਈ ਨਕਾਬ ਪਾ ਲਵੇ ਚਿੱਤ ਲੈ ਅੰਗਰੇਜ਼ੀ ਦਾ ਇੱਕ ਸ਼ਬਦ ਹੈ ਹੈਬਿਟ ਹੂੰ ਬਿਲਕੁਲ ਜੇ ਤੇ ਲੋ ਐਚ ਕੱਟ ਦਈਏ ਹੂੰ ਤਾਂ ਬਣ ਜਾਂਦਾ ਹੈਬਿਟ ਹੈਬਿਟ ਜੀ ਹੈਬਿਟ ਮਤਲਬ ਥੋੜਾ ਜਿਹਾ ਜੇ ਇਹ ਕੱਟ ਦਈਏ ਹੂੰ ਬਿਟ 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 ਮੈਨੇ ਵੀ ਥੋੜਾ ਜਆ ਜੇ ਬੀ ਕੱਟਦੀਏ ਤਾਂ ਇਟ ਉਹਦੇ ਮੈਨੇ ਵੀ ਥੋੜਾ ਜਆ ਇਹਦਾ ਮਤਲਬ ਆਦਤ ਕਦੇ ਖਤਮ ਨਹੀਂ ਹੁੰਦੀ ਹੁੰਦੀ ਔਰ ਜਿਸ ਬੰਦੇ ਨੂੰ ਮਤਲਬ ਸ਼ਰਾਬ ਪੀਣ ਦੀ ਲਤ ਰਹੀ ਹੈ ਉਹ ਮੈਂ ਤੁਸੀਂ ਸੋਚਦੇ ਹੋ ਵੀ ਉਹ ਸ਼ਰਾਬ ਛੱਡ ਦੇਗਾ ਨਹੀਂ ਛੱਡ ਸਕਦਾ ਉਹ ਸ਼ਰਾਬ ਜਿਹੜਾ ਆਪਣੀ ਮਾਂ ਦੇ ਦੀ ਕਸਮ ਖਾ ਕੇ ਵੀ ਸ਼ਰਾਬ ਜੀ ਨਹੀਂ ਛੱਡ ਸਕਿਆ ਔਰ ਜਿਹਦਾ ਪ੍ਰਵਾਹ ਇਸ ਦੀ ਗੰਦੀ ਮਤਲਬ ਇਸ ਆਦਤ ਕਰਕੇ ਇਹਨੂੰ ਛੱਡ ਕੇ ਵੱਖਰਾ ਹੋ ਗਿਆ ਤੇ ਉਸ ਬੰਦੇ ਨੂੰ ਤੁਸੀਂ ਕਹਿ ਰਹੇ ਹੋ ਕਿ ਡਿਪਲੋਮੇਸੀ ਆ ਗਈ ਮਤਲਬ ਡਿਪਲੋਮੇਸੀ ਇਹ ਆ ਗਈ ਕਿ ਆਪਣੀ ਮਾਂ ਦੀ ਸੌਖ ਆ ਕੇ ਮੁਕਰ ਜਾਓ ਆਪਣੇ ਪਰਿਵਾਰ ਪ੍ਰਤੀ ਜਿਹੜੀ ਜ਼ਿੰਮੇਵਾਰੀ ਉਹ ਤੋਂ ਭੱਜ ਜਾਓ ਇਹ ਡਿਪਲੋਮੇਸੀ ਹੈ ਇਹ ਤਾਂ ਮੂਰਖਤਾ ਹੈ ਅਹਮਕਾਨਾ ਮਤਲਬ ਵਿਹਾਰ ਹੈ ਤੁਹਾਡਾ ਹੂੰ ਬਿਲਕੁਲ ਜੀ ਸੋ ਜਨਤਾ ਇਹਨਾਂ ਗੱਲਾਂ ਦੇ ਬਾਰੇ ਜਾਣੇ ਇਹ ਸਾਡਾ ਅਧਿਕਾਰ ਬਣਦਾ ਹੈ ਜਨਤਾ ਦਾ ਅਧਿਕਾਰ ਬਣਦਾ ਹੈ ਕਿ ਸੱਚ ਨੂੰ ਪਛਾਣੇ ਔਰ ਫੇਰ ਹੀ ਆਪਣਾ ਉਮੀਦਵਾਰ ਚੁਣੇ ਕਿ ਅਸੀਂ ਕਿਹਨੂੰ ਵੋਟ ਪਾਉਣੀ ਹੈ ਇਹਦੇ ਨਾਲ ਹੀ ਗੱਲ ਕਰਨ ਲੱਗੇ ਆ ਵਿਕਰਮਜੀਤ ਸਿੰਘ ਬਜੀਠੀਆ ਦੀ ਦੋ ਦਿਨ ਪਹਿਲਾਂ ਦਾ ਸਰ ਇਸ ਤਰ੍ਹਾਂ ਲੱਗਦਾ ਸੀਗਾ ਕਿ ਐਤਕੀ ਉਹ ਵਜਣ ਵਾਲੇ ਨਹੀਂ ਹਨ ਬਸ ਹੁਣ ਤਾਂ ਉਹਨਾਂ ਦੇ ਉੱਤੇ ਕੋਈ ਨਾ ਕੋਈ ਕਾਰਵਾਈ ਹੋਊਗੀ ਹੋਗੀ ਪਰ ਹੁਣ ਖਬਰ ਤੋ ਜਿਹੜੀ ਆ ਉਹਨਾਂ ਦੀ ਗ੍ਰਿਫਤਾਰੀ ਨੂੰ ਰੋਕ ਲਗਾ ਦਿੱਤੀ ਹੈ 3 ਦਿਨ ਦੇ ਲਈ ਪਰ ਉਹਨਾਂ ਦੇ ਘਰ ਮੁਹਾਲੀ ਦੇ ਵਿੱਚ ਜਿਹੜੀ ਆ ਪੁਲਿਸ ਵੱਲੋਂ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਉਧਰੋਂ ਲੁਧਿਆਣੇ ਦੇ ਵਿੱਚ ਅੱਜ ਕੱਲ ਚੋਣ ਪ੍ਰਚਾਰ ਚੱਲ ਰਿਹਾ ਸਾਰੀਆਂ ਪਾਰਟੀਆਂ ਦੇ ਵੱਲੋਂ ਜੋਰਾ ਸ਼ੋਰਾ ਦੇ ਉੱਤੇ ਜਿੱਥੇ ਸੁਬੀਰ ਸਿੰਘ ਬਾਦਲ ਪਹੁੰਚੇ ਤੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਇਹ ਕਿਹਾ ਕਿ ਜੇਕਰ ਮਜੀਠੀਏ ਦੇ ਖਿਲਾਫ ਕੋਈ ਵੀ ਸਬੂਤ ਮਿਲ ਗਿਆ ਤਾਂ ਮੈਂ ਸਿਆਸਤ ਛੱਡ ਦਾਂਗਾ। ਕੀ ਕਹੋਗੇ ਤੁਸੀਂ ਇਹਦੇ ਬਾਰੇ? ਪਹਿਲੀ ਗੱਲ ਤਾਂ ਇਹ ਹੈ ਕਿ ਪੁਲਿਸ ਮਜੀਠੀਏ ਦੇ ਘਰ ਛਾਪੇਮਾਰਨ ਗਈ ਹੈ। ਹਮ ਮਤਲਬ ਪੁ ਤੇ ਉਹ ਜਦੋਂ ਜਾਣਗੇ ਇਹਨਾਂ ਦਾ ਵੈਲਕਮ ਕਰਨਗੇ ਤੇ ਇਹ ਉਹਨਾਂ ਨੂੰ ਲੈ ਆਉਣਗੇ ਮੈਨੇ ਸੋਚਣ ਵਾਲੀ ਗੱਲ ਇਹ ਹੈ ਕਿ ਪੁਲਿਸ ਵੱਲੋਂ ਇਸ ਤਰ੍ਹਾਂ ਦੀ ਕਾਰਵਾਈ ਕਿਉਂ ਕੀਤੀ ਜਾਂਦੀ ਹੈ ਕੋਈ ਬੰਦਾ ਹੈ ਜਣ ਜਿਸ ਨੂੰ ਪਤਾ ਹੈ ਕਿ ਮੇਰੀ ਕਦੋਂ ਵੀ ਅਰੈਸਟ ਹੋ ਸਕਦੀ ਹੈ ਮੈਂ ਘਰੇ ਹੀ ਕਉਂ ਬੈਠੂਗਾ ਮੈਂ ਕੋ ਪਾਗਲੇ ਹੋਊਂਗਾ ਨਾ ਜੇ ਘਰੇ ਬੈਠੂਗਾ ਜਦਕਿ ਮੈਨੂੰ ਇਸ ਗੱਲ ਦੀ ਪੂਰੀ ਸੰਭਾਵਨਾ ਕਿ ਮੈਨੂੰ ਫੜ ਕੇ ਇਹ ਅੰਦਰ ਕਰਨਗੇ ਔਰ ਹੋ ਸਕਦਾ ਮੇਰੇ ਤੋਂ ਮਤਲਬ ਕੋਈ ਪੁੱਛਗੇ ਇਸ ਤਰੀਕੇ ਨਾਲ ਕੀਤੀ ਜਾਵੇ ਕਿ ਜਿਹਦੇ ਚ ਮੇਰਾ ਮਾਨ ਸਨਮਾਨ ਜਿਹੜਾ ਖਤਮ ਹੁੰਦਾ ਹੋਵੇ ਹੁਣ ਗੱਲ ਇਹ ਹੈ ਕਿ ਦੇਖੋ 3 ਦਿਨ ਦੀ ਰਾਹਤ ਮਿਲੀ ਹੈ ਜੀ ਮੰਗੇ ਸੱਤ ਦਿਨ ਸੀਗੇ ਕਿ ਇਹ ਸੁਪਰੀਮ ਕੋਰਟ ਦੇ ਵਿੱਚ ਆਪਣੀ ਪਟੀਸ਼ਨ ਦਾਇਰ ਕਰ ਸਕਣ ਔਰ ਉਹਦੇ ਤੇ ਸੁਪਰੀਮ ਕੋਰਟ ਨੇ ਨੋਟਿਸ ਲਿਆ ਜਿਹੜੇ ਇਹਨਾਂ ਦੇ ਵਕੀਲ ਨੇ ਉਹਨਾਂ ਦੇ ਜਿਹੜੇ ਇਹਨਾਂ ਦੇ ਪ੍ਰਤੀਨਿਧ ਨੇ ਕਾਨੂੰਨ ਨੇ ਉਹਨਾਂ ਦੀ ਗੱਲ ਮੰਨ ਕੇ ਸੁਪਰੀਮ ਕੋਰਟ ਦੇ ਵਿੱਚ ਲਿਸਟਿੰਗ ਹੋ ਗਈ ਹੈ 27 ਜਨਵਰੀ ਦੀ ਜੀ ਠੀਕ ਤਾਂ ਹੁਣ ਗੱਲ ਇਹ ਹੈ ਕਿ ਇਹ ਆਰਜੀ ਰਾਹਤ ਸੀਗੀ ਪਰ ਜਿਹੜਾ 44 ਜਾਂ 43 ਪੇਜਾਂ ਦਾ ਫੈਸਲਾ ਹਾਈ ਕੋਰਟ ਨੇ ਦਿੱਤਾ ਹੈ ਉਹਦੇ ਵਿੱਚ ਨਾ ਬੜੀਆਂ ਹੀ ਮਤਲਬ ਕੈ ਲੋਕੇ ਅਹਿਮ ਗੱਲਾਂ ਨੇ ਔਰ ਸੁਖਬੀਰ ਸਿੰਘ ਬਾਦਲ ਤਾਂ ਭਾਵੇਂ ਕਹਿ ਰਿਹਾ ਨਾ ਕਿ ਇਹ ਸਾਰਾ ਕੁਝ ਜਿਹੜਾ ਹੈ ਜਿਹੜੇ ਪਹਿਲਾਂ ਡੀਜੀਪੀ ਸੀਸ ਚਟੋ ਪਾ ਦੇ ਆਏ ਉਹਨਾਂ ਦਾ ਕੀਤਾ ਕਰਾਇਆ ਹੈ ਯਾਨੀ ਉਹਨਾਂ ਨੇ ਇੱਕ ਬਦਲਾਖੋਰੀ ਦੇ ਤਹਿਤ ਸਾਰਾ ਕੁਝ ਕੀਤਾ ਹੈ ਔਰ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਮੈਂ ਦਾਵਾ ਕਰਦਾ ਕਿ ਮੈਂ ਜੇ ਇਹਨਾਂ ਦੇ ਖਿਲਾਫ ਕੋਈ ਸਬੂਤ ਹੋਇਆ ਤਾਂ ਮੈਂ ਸਿਆਸਤ ਛੱਡ ਦੇਵਾਂਗਾ ਇਹ ਗੱਲਾਂ ਜਿਹੜੇ ਪੋਲਿਟੀਸ਼ਨ ਹੁੰਦੇ ਨੇ ਸਿਆਸੀ ਲੋਕ ਹੁੰਦੇ ਨੇ ਇਹ ਜਿਹੇ ਬਹੁਤ ਕਰਦੇ ਹੁੰਦੇ ਨੇ ਤੁਸੀਂ ਵੇਖਿਆ ਹੁਣ ਆਮਿਤ ਸ਼ਾਹ ਜੀ ਉੱਥੇ ਕੀ ਕਹਿ ਗਏ ਸੀ ਵੈਸਟ ਬੰਗਾਲ ਚ ਜੀ ਠੀਕ ਔਰ ਹੁਣ ਤੱਕ ਮੋਦੀ ਜੀ ਕੀ ਕਹਿੰਦੇ ਰਹੇ ਨੇ ਇਹ ਸਿਆਸਤਦਾਨਾਂ ਦਾ ਕੰਮ ਹੁੰਦਾ ਹੈ ਕਿ ਝੂਠ ਮਾਰਨਾ ਜੀ ਜੀ ਝੂਠ ਮਾਰਨ ਕਰਕੇ ਹੀ ਇਹ ਲੋਕਾਂ ਨੂੰ ਵਰਗ ਲਾਉਂਦੇ ਨੇ ਗੁੰਮਰਾ ਕਰਦੇ ਆ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਦਾਅਵੇ ਕਰਦੇ ਅੱਜ ਦਾਅਵਾ ਕਰਦੇ ਆ ਕੱਲ ਨੂੰ ਫਿਰ ਮੁੱਕਰ ਜਾਂਦੇ ਆ ਫਿਰ ਕਹਿੰਦੇ ਉਹ ਤਾਂ ਇੱਕ ਝੁੰਮਲਾ ਸੀ ਹੁਣ ਗੱਲ ਇਹ ਹੈ ਕਿ ਹੈ ਕਿ ਜਿਹੜਾ ਫੈਸਲਾ ਇਹਨਾਂ ਦੀ ਅੰਤਰੀਮ ਜ਼ਮਾਨਤ ਜਿਹੜੀ ਆਗਾਊਂ ਜ਼ਮਾਨਤ ਰੱਦ ਕਰਕੇ ਸੁਣਾਇਆ ਹੈ ਹਾਈ ਕੋਰਟ ਨੇ ਉਹਦੇ ਵਿੱਚ ਦੋ ਤਿੰਨ ਗੱਲਾਂ ਬੜੀਆਂ ਅਹਿਮ ਨੇ ਪਹਿਲੀ ਗੱਲ ਸ਼ੀਤ ਰਹੇ ਹੈ ਉਹਨਾਂ ਨੇ ਕਿਹਾ ਕਿ ਸਿਰਫ ਬਦਲਾਖੋਰੀ ਦਾ ਤਰਕ ਦੇ ਕੇ ਇਸ ਮਸਲੇ ਤੇ ਮਿੱਟੀ ਨਹੀਂ ਪਾਈ ਜਾ ਸਕਦੀ ਕਿਉਂਕਿ ਜਿੰਨਾ ਧਰਾਵਾਂ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਔਰ ਜਿਹੜਾ ਇਹਦਾ ਅਤੀਤ ਹੈ ਇਸ ਮੁਕਦਮੇ ਦਾ ਜਿਹੜਾ ਇਤਿਹਾਸ ਹੈ 213 ਦੇ ਵਿੱਚ ਇਹ ਸਾਹਮਣੇ ਆਉਂਦਾ 214 ਚ ਇਹਦੀ ਕਾਰਵਾਈ ਹੁੰਦੀ ਹੈ 218 ਚ ਆਪੀਆਰ ਮਤਲਬ ਇਹਦੇ ਖਿਲਾਫ ਐਸਐਸਆਈਟੀ ਜਿਹੜੀ ਹੈ ਆਪਣੀ ਰਿਪੋਰਟ ਦਿੰਦੀ ਹੈ ਔਰ ਸੀਲ ਬੰਦ ਫਿਰ ਹਾਈ ਕੋਰਟ ਨੇ ਕਿਹਾ ਕਿ ਅਸੀਂ ਤਾਂ ਸਰਕਾਰ ਨੂੰ ਨਹੀਂ ਕਿਹਾ ਸੀ ਕਿ ਤੁਹਾਡੇ ਤੇ ਕੋਈ ਅਸੀਂ ਪਾਬੰਦੀ ਲਾਈ ਹੋਈ ਹੈ ਤੁਸੀਂ ਕੁਝ ਵੀ ਕਰ ਸਕਦੇ ਕਾਰਵਾਈ ਕਰ ਸਕਦੇ ਠੀਕ ਹੈ ਪਰ ਜੇ ਸਰਕਾਰ ਨੇ ਢਿੱਲ ਵੀ ਕੀਤੀ ਹੈ ਤਾਂ ਇਹਦਾ ਮਤਲਬ ਇਹ ਨਹੀਂਗਾ ਕਿ ਇਹ ਕੋਈ ਬਦਲਾਖੋਰੀ ਵਾਲਾ ਕੋਈ ਮਸਲਾ ਜਾਂ ਮਾਮਲਾ ਹੈ ਦੇਰ ਆਏ ਤਾਂ درست ਆਏ ਹਨਾ ਔਰ ਫਿਰ ਦੂਸਰੀ ਗੱਲ ਇਹ ਹੈ ਉਹਨਾਂ ਨੇ ਕਈ ਮਤਲਬ ਉਦਾਹਰਨਾਂ ਦਿੱਤੀਆਂ ਨੇ ਕਿ ਇਨ੍ਹਾਂ ਇਸ ਮਤਲਬ ਐਂਡੀਪੀਸੀ ਐਂਡੀਪੀਐਸ ਐਕਟ ਦਿੱਤਾ ਹੈ ਤਾਂ ਕਿਸੇ ਵਿਅਕਤੀ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਜੀ ਬਿਲਕੁਲ ਠੀਕ ਇਹ ਸੁਪਰੀਮ ਕੋਰਟ ਜਿਹੜੀ ਹੈ ਹੁਣ ਇਸ ਗੱਲ ਦਾ ਨਿਤਾਰਾ ਕਰੂਗੀ ਹੁਣ ਗੱਲ ਇਹ ਹੈ ਕਿ ਜਦੋਂ ਜਿਹੜੇ ਸਰਕਾਰੀ ਪੱਖ ਦੇ ਵਕੀਲ ਨੇ ਜਾਂ ਪੰਜਾਬ ਸਰਕਾਰ ਹੈ ਉਹਦੇ ਜਿਹੜੇ ਵਕੀਲ ਨੇ ਉਹਨਾਂ ਨੇ ਜੋ ਤੱਥ ਪੇਸ਼ ਕੀਤੇ ਨੇ ਹਾਈ ਕੋਰਟ ਦੇ ਵਿੱਚ ਉਹ ਸਾਰੇ ਹੁਣ ਤੱਕ 2014 ਤੋਂ ਲੈ ਕੇ ਹੁਣ ਤੱਕ ਜਦੋਂ ਇਹਨਾਂ ਦੇ ਖਿਲਾਫ ਉਹ ਲੇਟੈਸਟ ਐਫ ਆਈ ਆਰ ਲਾਜ ਹੁੰਦੀ ਹੈ ਤਾਂ ਉਦੋਂ ਤੱਕ ਸਾਰਾ ਕੁਝ ਹਾਈ ਕੋਰਟ ਨੂੰ ਸੌਂਪਿਆ ਹੋਇਆ ਐਸ ਆਈ ਟੀ ਦੀ ਰਿਪੋਰਟ ਵੀ ਸੀਲ ਬੰਦ ਉਹਨਾਂ ਕੋਲੇ ਆ ਔਰ ਜਿਹੜੇ ਨਰਿੰਜਨ ਸਿੰਘ ਸੀਗੇ एनफोर्समेंट डायरेक्टोरेट ਦੇ ਅਫਸਰ ਜਿਨ੍ਹਾਂ ਨੇ ਇਹਨਾਂ ਦੀ ਜਵਾਬ ਤਲਬੀ ਕੀਤੀ ਸੀ ਬੁਲਾ ਕੇ ਜੀ ਨਿਕਰਮਂਜੀਠੀਆ ਦੀ ਔਰ ਉਹਨਾਂ ਦਾ ਇੱਕ ਨੋਟ ਵੀ ਹੈ ਜਿਹੜਾ ਦਿੱਤਾ ਗਿਆ ਔਰ ਉਹਦੇ ਸਬੰਧ ਵਿੱਚ ਹੋਰ ਬਹੁਤ ਸਾਰੇ ਮਤਲਬ ਅਧਿਕਾਰੀ ਸੀ ਪੁਲਿਸ ਅਧਿਕਾਰੀ ਜਿਨ੍ਹਾਂ ਦੇ ਬਿਆਨات ਆਏ ਨੇ ਔਰ ਜਿਹੜੇ ਮਤਲਬ ਮੁਜਰਮ ਸਾਬਤ ਹੋਏ ਮਲਜ਼ਮ ਜਗਦੀਸ਼ ਭੋਲਾ ਵਰਗੇ ਫਿਰ ਉਹਨਾਂ ਦੇ ਬਿਆਨ ਵੀ ਬੜੇ ਹੈਮ ਨੇ ਸੋ ਇਹ ਆ ਕਿ ਤੱਥ ਵੀ ਹਨ ਸਬੂਤ ਵੀ ਹਨ ਦਸਤਾਵੇਜ਼ੀ ਮਤਲਬ ਕੁਝ ਇਸ ਤਰ੍ਹਾਂ ਦੇ ਐਵੀਡੈਂਸਿਸ ਵੀ ਨੇ ਔਰ ਜਿਨ੍ਹਾਂ ਤੋਂ ਬਚਣਾ ਮੁਸ਼ਕਲ ਹੈ ਔਰ ਸੁਖਬੀਰ ਬਾਦਲ ਨੇ ਬਹੁਤ ਵੱਡੀ ਗੱਲ ਕੀਤੀ ਐ ਜੀ ਬਿਲਕੁਲ ਤੇ ਜੇ ਕੱਲ ਨੂੰ ਕੋਈ ਐਸਾ ਮਤਲਬ ਸੁਪਰੀਮ ਕੋਰਟ ਜਿਹੜੀ ਆ ਫੈਸਲਾ ਸੁਣਾਉਂਦੀ ਆ ਜਿਹੜਾ ਕਿ ਇਹਨਾਂ ਦੇ ਪੱਖ ਦਾ ਫੈਸਲਾ ਨਹੀਂਗਾ ਤੇ ਕੀ ਫੌਰਨ ਉਹ ਫੇਰ ਸਿਆਸਤ ਛੱਡ ਜਾਣਗੇ ਤਾਂ ਯਾ ਮਤਲਬ ਆਪਣੇ ਜਿਹੜੇ ਕਾਗਜ਼ ਪੱਤਰ ਉਹਨਾਂ ਨੇ ਭਰੇ ਹੋਏ ਨੇ ਉਹ ਕਹਿ ਦੇਣਗੇ ਕਿ ਮੈਂ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਨਹੀਂ ਤੇ ਭਾਈ ਮੈਂ ਜੰਗਲਾਂ ਨੂੰ ਚੱਲੇ ਆ ਤੇ ਮੈਂ ਇਸ ਤੋਂ ਬਾਅਦ ਸਿਆਸਤ 'ਚ ਦਖਲਅੰਦਾਜ਼ੀ ਨਹੀਂ ਕਰਾਂਗਾ ਔਰ ਮੈਂ ਕਦੇ ਵੀ ਸਿਆਸਤ 'ਚ ਨਹੀਂ ਆਵਾਂਗਾ ਹੂੰ ਇਹ ਸੰਭਵ ਨਹੀਂ ਇਸੇ ਗੱਲ ਨੂੰ ਜੇ ਥੋੜਾ ਜਿਆਦਾ ਧਿਆਨ ਦਈਏ ਤਾਂ ਸਰ ਤੁਸੀਂ ਥੋੜੀ ਦੇਰ ਪਹਿਲਾਂ ਕਿਹਾ ਕਿ ਗੱਲ ਇਹ ਕਹਿ ਦਿੰਦੇ ਨੇ ਫਿਰ ਬਾਅਦ ਚ ਕਹਿ ਦਿੰਦੇ ਹੋ ਤਾਂ ਇੱਕ ਜੁਮਲਾ ਸੀ ਤਾਂ ਸੁਖਵੀਰ ਬਾਦਲ ਜੀ ਵੀ ਕੁਝ ਐਦਾ ਹੀ ਕਰਨ ਵਾਲੇ ਨੇ ਕਿਹਾ ਉਹਨਾਂ ਨੇ ਜ਼ਰੂਰ ਦਿੱਤਾ ਐਡੀ ਵੱਡੀ ਗੱਲ ਉਹਨਾਂ ਨੇ ਕਿਹਾ ਜ਼ਰੂਰ ਦਿੱਤੀ ਹੈ ਪਰ ਆਪਣੇ ਜ਼ੁਬਾਨ ਦੇ ਪੱਕੇ ਜੇ ਰਾਜਨੀਤਾ ਹੋਣ ਲੱਗ ਜਣ ਤਾਂ ਮੈਨੂੰ ਲੱਗਦਾ ਦੇਸ਼ ਜਿਹੜਾ ਹੈ ਬਦਲ ਹੀ ਜਾਏਗਾ ਇਹਦੇ ਨਾਲ ਹੀ ਸਰ ਗੱਲ ਕਰੂੰਗੀ ਅਗਲੀ ਲਾਲ ਸਿੰਘ ਜੀ ਦੀ ਜਿਨ੍ਹਾਂ ਨੇ ਕਿਹਾ ਕਿ ਮੈਨੂੰ ਪਟਿਆਲਾ ਅਰਬਨ ਤੋਂ ਚੋਣ ਮੈਦਾਨ ਦੇ ਵਿੱਚ ਲੜਨ ਦਿੱਤਾ ਜਾਵੇ ਔਰ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਮੈਂ ਕੈਪਟਨ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਿਕਸਤ ਦੇ ਕੇ ਪਟਿਆਲਾ ਵਾਸੀਆਂ ਨੂੰ ਇਸ ਸ਼ਾਹੀ ਪਰਿਵਾਰ ਤੋਂ ਛੁਟਕਾਰਾ ਦਿਵਾਵਾਂਗਾ ਕੀ ਕਹੋਗੇ ਤੁਸੀਂ ਇਹਦੇ ਬਾਰੇ ਦੇਖੋ ਇੱਕ ਗੱਲ ਜਿਹੜੀ ਹੁੰਦੀ ਹੈ ਸਿਆਸਤ ਦੇ ਵਿੱਚ ਉਹ ਹੁੰਦੀ ਹੈ ਕਿ ਸਿਆਸਤ 'ਚ ਸਿਆਸੀ ਆਗੂਆਂ ਦਾ ਕੋਈ ਦੀਨ ਇਮਾਨ ਨਹੀਂ ਹੁੰਦਾ ਇਹ ਜਿਹਦੀਆਂ ਜੁੱਤੀਆਂ 'ਚ ਕਈ ਦਹਾਕੇ ਬੰਦੇ ਰਹਿੰਦੇ ਰਹਿਣ ਬੈਠੇ ਰਹੇ ਹੋਣ ਇਹ ਫਿਰ ਉਹਦੇ ਖਿਲਾਫ ਜ਼ਾਹਿਰ ਗੁੱਲਣ ਲੱਗ ਜਾਂਦੇ ਨੇ ਜਿਹਨੂੰ ਕਦੇ ਆਪਣਾ ਆਕਾ ਜਾਂ ਰਹਿਨੁਮਾ ਜਾਂ ਰਹਬਰ ਸਮਝਦੇ ਨੇ ਮੁੜ ਕੇ ਉਹਨੂੰ ਕਹਿਣ ਲੱਗ ਜਾਂਦੇ ਨੇ ਇਹ ਰਾਜ਼ ਹਨ ਯਾਨੀ ਇਹ ਲੁਟੇਰਾ ਹੈ ਔਰ ਆਪ ਵਿੱਚ ਸਾਨੂੰ ਲੁੱਟਦਾ ਰਿਹਾ ਹੈ ਉਹਦੇ ਖਿਲਾਫ ਫਿਰ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਲ ਸਿੰਘ ਜੀ ਕਹਿ ਰਹੇ ਨੇ ਅਮਰਬੇਲ ਹੂੰ ਔਰ ਇਹਦਾ ਖਾਤਮਾ ਜ਼ਰੂਰੀ ਹੈ ਫਿਰ ਉਹ ਕਹਿ ਰਹੇ ਨੇ ਕਿ ਮੈਨੂੰ ਲੜਨ ਦੀ ਇਜਾਜ਼ਤ ਦਿੱਤੀ ਜਾਵੇ ਅਰਬਨ ਜਿਹੜਾ ਖੇਤਰ ਹੈ ਪਟਿਆਲੇ ਦਾ ਪਟਿਆਲਾ ਸ਼ਹਿਰੀ ਕਹਿੰਦੇ ਨੇ ਜਿਹਨੂੰ ਆਪਾਂ ਜੀ ਔਰ ਮੈਂ ਇਸ ਬੰਦੇ ਨੂੰ ਪਟਿਆਲੇ ਨੂੰ ਮੁਕਤ ਕਰ ਦੂੰਗਾ ਇਸ ਬੰਦੇ ਤੋਂ ਔਰ ਇਸ ਬੰਦੇ ਨੂੰ ਮੈਂ ਪਹਜਾ ਦੂੰਗਾ ਇਹ ਗੱਲ ਕਹੀ ਹੈ ਉਹਨਾਂ ਨੇ ਜਦ ਕਿ ਉਹਨਾਂ ਦਾ ਲੜਕਾ ਜਿਹੜਾ ਉਹੋ ਸਮਾਣੇ ਤੋਂ ਚੋਣ ਲੜ ਰਿਹਾ ਔਰ ਕਾਂਗਰਸ ਦਾ ਸਿਧਾਂਤ ਹੈ ਜਿਹੜਾ ਉਹ ਇਹ ਹੈ ਕਿ ਇੱਕ ਪਰਿਵਾਰ ਚ ਇੱਕ ਵਿਅਕਤੀ ਨੂੰ ਹੀ ਟਿਕਟ ਦਿੱਤੀ ਜਾਵੇਗੀ ਹੂੰ ਜੀ ਫਿਰ ਇਹਨਾਂ ਨੇ ਕਿਹਾ ਉੱਥੇ ਸੁਰਿੰਦਰ ਸਿੰਘ ਖਿੜਕੀ ਨਾਮ ਦਾ ਵਿਅਕਤੀ ਇਹਨਾਂ ਨੇ ਮੇਰੇ ਬੇਟੇ ਦੇ ਅਗੇਂਸਟ ਖੜਾ ਕੀਤਾ ਔਰ ਹਮੇਸ਼ਾ ਹੀ ਇਹ ਸਾਡੇ ਖਿਲਾਫ ਰਹੇ ਨੇ ਔਰ ਉਹ ਵੀ ਸਮਾਸੀ ਜਦੋਂ ਇਹ ਬੰਦਾ ਲਾਲ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਬੜਾ ਕਰੀਬੀ ਸਮਝ ਆ ਗਿਆ ਔਰ ਇਕੱਠੇ ਵੀ ਰਹੇ ਹਨਾ ਉਦੋਂ ਨਹੀਂ ਬੋਲੇ ਗੱਲ ਇਹ ਹੁੰਦੀ ਹੈ ਕਿ ਜਦੋਂ ਬੰਦਾ ਚਲਾ ਜਾਂਦਾ ਨਾ ਉਹਦੇ ਪਿੱਛੇ ਮਤਲਬ ਬਹੁਤ ਸਾਰੇ ਲੋਕ ਫਿਰ ਉਹਦੀ ਆਲੋਚਨਾ ਕਰਦੇ ਆ ਪਰ ਜਦੋਂ ਹੁੰਦਾ ਜਦੋਂ ਸ਼ਾਹਸਵਾਰ ਹੁੰਦਾ ਜਦੋਂ ਹੁਕਮਰਾਨ ਹੁੰਦਾ ਉਦੋਂ ਕੋਈ ਨਹੀਂ ਬੋਲਦਾ ਪਤਾ ਹੁੰਦਾ ਨਾ ਕਿ ਜੇ ਬੋਲਾਂਗੇ ਤਾਂ ਇਸ ਤੋਂ ਕੋਈ ਫਾਇਦਾ ਨਹੀਂ ਲੈ ਸਕਾਂਗੇ ਜੀ ਜੀ ਤੁਸੀਂ ਵੇਖਿਆ ਹੋਣਾ ਕਿ ਨਵਜੋਤ ਸਿੰਘ ਸਿੱਧੂ ਜਿਸ ਸ਼ੈਲੀ ਦੇ ਵਿੱਚ ਹੁਣ ਕੈਪਟਨ ਅਮਰਿੰਦਰ ਸਿੰਘ ਬਾਰੇ ਗੱਲ ਕਰਦਾ ਉਸ ਤੋਂ ਇਹ ਲੱਗਦਾ ਕਿ ਇਹ ਬੰਦਾ ਯਾਰ ਮੈਨੂੰ ਲੱਗਦਾ ਕੋਈ ਜਮਾਤ ਪਾਸ ਨਹੀਂ ਬਿਲਕੁਲ ਅਨਪੜਾ ਜੀ ਔਰ ਜੇ ਅਨਪੜ ਨਹੀਂ ਇਹ ਪੜਿਆ ਲਿਖਿਆ ਤਾਂ ਇਹਨੂੰ ਘਰੋਂ ਕਿਸੇ ਨੇ ਕੋਈ ਅਕਲ ਨਹੀਂ ਦਿੱਤੀ ਕਿ ਤੂੰ ਕਿਸੇ ਬੰਦੇ ਬਾਰੇ ਕਿਵੇਂ ਬੋਲਣਾ ਤੇ ਕਿਸੇ ਬੰਦੇ ਦਾ ਸਤਿਕਾਰ ਕਿਵੇਂ ਕਰਨਾ ਦੁਸ਼ਮਣ ਨੂੰ ਵੀ ਲੋਕ ਜਿਹੜੇ ਨੇ ਜੋ ਉਮਰ ਤੋਂ ਵੱਡਾ ਹੋਵੇ ਤਾਂ ਜੀ ਆ ਬੁਲਗੂ ਕਹਿ ਕੇ ਬੁਲਾਉਂਦੇ ਨੇ ਤਾਂ ਇਹ ਪੰਜਾਬ ਦਾ ਸੱਭਿਆਚਾਰ ਹੈ ਔਰ ਜਦੋਂ ਉਹਨੂੰ ਇਹ ਸਵਾਲ ਪੁੱਛਿਆ ਕਿ ਪੱਤਰਕਾਰ ਨੇ ਕਿ ਜੀ ਤੁਸੀਂ ਤੂ ਤੁ ਕਹਿੰਦਾ ਇਹ ਤਾਂ ਜੱਟਾਂ ਦਾ ਆਇਆ ਹੈ ਤਰੀਕਾ ਹੈ ਮਤਲਬ ਜੱਟਾਂ ਤੋਂ ਕੀ ਮਤਲਬ ਹਮ ਜੀ ਮਤਲਬ ਇਹਦਾ ਮਤਲਬ ਇਹ ਹੈ ਕਿ ਵੀ ਤੂੰ ਆਪਣੇ ਆਪ ਨੂੰ ਇਹ ਸਮਝਦਾ ਵੀ ਜੇ ਜੱਟਾਂ ਐ ਤਾਂ ਮਤਲਬ ਜੱਟਾਂ ਨੂੰ ਤਮੀਜ਼ ਨਹੀਂ ਹੁੰਦੀ ਹੂੰ ਉਹ ਭਾਈ ਜੱਟਾਂ ਨੇ ਪੰਜਾਬ ਦੀ ਸੱਭਿਆਚਾਰ ਪੰਜਾਬ ਦੀ ਸਭਿਤਾ ਨੂੰ ਨਵੇਂ ਰੰਗ ਤੇ ਨਵੇਂ ਚਿਹਨ ਚੱਕਰ ਬਖਸ਼ੇ ਨੇ ਜੀ ਬਿਲਕੁਲ ਔਰ ਜੱਟਾਂ ਮਰਗਾ ਤਾਂ ਜਿਹੜਾ ਕੋਈ ਬੰਦਾ ਪੋਲਾਈਟ ਹੋ ਹੀ ਨਹੀਂ ਸਕਦਾ ਹੂੰ ਔਰ ਮਾਏ ਭੈਣੇ ਤੋਂ ਕਿਨਾ ਬੈਨਾ ਬੇ ਬੋਲਦੇ ਨਹੀਂਗੇ ਜੀ ਕਹੇ ਬੈਨਾ ਕਿਸੇ ਨੂੰ ਸੱਦ ਦੇ ਨਹੀਂਗੇ ਤੂੰ ਜੱਟਾਂ ਨੂੰ ਬਦਨਾਮ ਕਰਨ ਦੇ ਤੋਂ ਲਿਆ ਹੋਇਆ ਬਿਲਕੁਲ ਇਸ ਤਰੀਕੇ ਦੇ ਅਗਰ ਅਸੀਂ ਬਿਆਨ ਦਾਂਗੇ ਤੇ ਮੈਨੂੰ ਲੱਗਦਾ ਅਸੀਂ ਕਿਸੇ ਨਾ ਕਿਸੇ ਜਮਾਤ ਦੇ ਨਾਲ ਕੋਈ ਨਾ ਕੋਈ ਵਿਵਾਦ ਖੜਾ ਰੱਖਾਂਗੇ ਹੈਨਾ ਜੀ ਬਿਲਕੁਲ ਔਰ ਇਹ ਬੰਦਾ ਲਾਲ ਸਿੰਘ ਹੋਇਆ ਕਿ ਨਵਜੋਤ ਸਿੱਧੂ ਹੋਇਆ ਇਹ ਉਹ ਬੰਦੇ ਨੇ ਜਿਹੜੇ ਕਿ ਇੰਨਾ ਹੌਸਲਾ ਨਹੀਂ ਰੱਖਦੇ ਕਿ ਆਪਣਾ ਜਿਹੜਾ ਸਿਆਸੀ ਵਿਰੋਧੀ ਉਹਦੀ ਹਾਜ਼ਰੀ ਦੇ ਵਿੱਚ ਉਹਦੇ ਖਿਲਾਫ ਬੋਲਣ ਇਹ ਸਿਰਫ ਉਦੋਂ ਹੀ ਬੋਲਦੇ ਆ ਜਦੋਂ ਪਤਾ ਵੀ ਉਹ ਗੈਰ ਹਾਜ਼ਰ ਹੈ ਉਹ ਹੁਣ ਹੈ ਨਹੀਂਗਾ ਔਰ ਉਹ ਉਹਦੇ ਮਤਲਬ ਸਾਡੇ ਦੇ ਨਾਲ ਉਹਦਾ ਕੋਈ ਟਕਰਾ ਵੀ ਨਹੀਂ ਹੋ ਸਕਦਾ ਸੋ ਇਹ ਗੱਲਾਂ ਨੇ ਜਿਹੜੀਆਂ ਇਹ ਕਮਜ਼ੋਰ ਵਿਅਕਤੀ ਜਿਹੜਾ ਹੈ ਉਹਨੂੰ ਪ੍ਰਦਰਸ਼ਿਤ ਕਰਦੀਆਂ ਨੇ ਮਤਲਬ ਇੱਕ ਬੰਦਾ ਜਿਹੜਾ ਹੈ ਛੋਟੀ ਮਾਨਸਿਕਤਾ ਵਾਲਾ ਕਿਸੇ ਦੇ ਖਿਲਾਫ ਤੁਸੀਂ ਬੋਲਣਾ ਕਿਉਂ ਬੋਲੋ ਜੀ ਜੇ ਤੂੰ ਬਹੁਤ ਵੱਡਾ ਉਹ ਹੈ ਸਿਆਸਤਦਾਨ ਹੈ ਕਾਗ ਸਿਆਸਤਦਾਨ ਤਾਂ ਤੈਨੂੰ ਇਹਨੀ ਆਲੋਚਨਾ ਕਰਨ ਦੀ ਕਿਸੇ ਦੀ ਲੋੜ ਹੀ ਨਹੀਂ ਤੂੰ ਵੈਸੇ ਹੀ ਖੜਾ ਹੋ ਜਾ ਜੀ ਜ਼ਰੂਰੀ ਹੈ ਤੂੰ ਪਾਰਟੀ ਜੇ ਤੂੰ ਇੰਨਾ ਹੀ ਲੋਕਪ੍ਰੀਆ ਹੈ ਪਟਿਆਲੇ ਦੇ ਵਿੱਚ ਤਾਂ ਤੂੰ ਕਾਂਗਰਸ ਦੀ ਟਿਕਟ ਕਿਉਂ ਨਹੀਂ ੜੀ ਕੀ ਜਾਂਦਾ ਜੀ ਬਿਲਕੁਲ ਤੂੰ ਖੁਦ ਆਜ਼ਾਦ ਉਮੀਦਵਾਰ ਹੋ ਜਾ ਖੜਾ ਜੇ ਤੈਨੂੰ ਇਹ ਲੱਗਦਾ ਕਿ ਪਟਿਆਲੇ ਦੇ ਲੋਕ ਨੇ ਜਿਹੜੇ ਉਹ ਤੇਰੇ ਤੇ ਬੜੇ ਡੁੱਲੇ ਹੋਏ ਨੇ ਤਾਂ ਤੈਨੂੰ ਪਤਾ ਲੱਗ ਜਾਊਗਾ ਕਿਸ ਭਾਵਿਕ ਦੀ ਹੂੰ ਤੂੰ ਖੜਾ ਹੋ ਕੇ ਵੇਖ ਫੇਰ ਤੂੰ ਦੇਖੀ ਫੇਰ ਤੂੰ ਕਹੀਂ ਤੂੰ ਜਵਾਬ ਅਮਲ ਚਿਤ ਕਿਉਂ ਨਹੀਂ ਦਿੰਦਾ ਥਿਉਰੀ ਚ ਕਿਉਂ ਦਿੰਦਾ ਜੀ ਦੇਖੋ ਗੱਲ ਇਹ ਹੁੰਦੀ ਹੈ ਸ਼ੀਤਲ ਜਦੋਂ ਤੁਸੀਂ ਕਿਸੇ ਬੰਦੇ ਨੂੰ ਸਮਝਦੇ ਮੈਂ ਇਹਨੂੰ ਨੀਵਾ ਬਖਾਵਾਂ ਹਮ ਕਿ ਉਹਨੂੰ ਨੀਵਾ ਬਖਾਉਣ ਵਾਸਤੇ ਜ਼ਰੂਰੀ ਹੁੰਦਾ ਕਿ ਤੁਸੀਂ ਖੁਦ ਉੱਚੇ ਹੋਵੋ ਔਰ ਫੇਰ ਤੁਹਾਨੂੰ ਭਾਸ਼ਣ ਦੇਣ ਦੀ ਜ਼ਰੂਰਤ ਨਹੀਂ ਗਈ ਜੀ ਜੇ ਮੈਂ ਮਤਲਬ ਚੰਗਾ ਤਾਂ ਮੈਨੂੰ ਕਿਸੇ ਨੂੰ ਬੁਰਾ ਸਿੱਧ ਕਰਨ ਦੀ ਲੋੜ ਨਹੀਂ ਲੋਕ ਆਪ ਹੀ ਦੇਖ ਲੈਣਗੇ ਕਿ ਇਹ ਚੰਗਾ ਹੈ ਜਾ ਹੀ ਮਾਰੇ। ਜਾ ਹੀ ਮਾਰੇ। ਇਹ ਲੋਕਾਂ ਨੇ ਦੇਖਣਾ ਹੁੰਦਾ। ਮੈਂ ਖੁਦ ਕਹੀ ਜਾਵਾਂ ਮੈਂ ਬਹੁਤ ਚੰਗਾ ਮੈਂ ਬਹੁਤ ਇਮਾਨਦਾਰਾ ਮੇਰੇ ਅਰਕਾ ਤਾਂ ਕੋਈ ਬੰਦਾ ਸਾਫ਼ ਸਫਾ ਫਾਹੀ ਨਹੀਂਗਾ। ਤਾਂ ਇਹ ਸਾਰੀਆਂ ਗੱਲਾਂ ਨੇ ਰਿਮੂਲ ਹੁੰਦੀਆਂ ਨੇ। ਜੇ ਲਾਲ ਸਿੰਘ ਨੂੰ ਇਹ ਵਹਿਮ ਹੈ ਕਿ ਉਹ ਕੈਪਟਨ ਨੂੰ ਮਾਤ ਦੇ ਸਕਦਾ ਹੈ। ਤਾਂ ਫਿਰ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਖੁਦ ਇਹ ਫੈਸਲਾ ਲੈਣ ਆਜ਼ਾਦ ਉਮੀਦਵਾਰ ਵਜੋਂ ਖੜੇ ਹੋ ਜਾਣ। ਪਾਰਟ ਕਿ ਉਹ ਸੋਚਦੇ ਨੇ ਜੇ ਉਹ ਇਹ ਸੋਚਦੇ ਨੇ ਕਿ ਕਾਂਗਰਸ ਦੀ ਟਿਕਟ ਮਿਲੇਗੀ ਫੇਰ ਹੀ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਕਾਂਗਰਸ ਦਾ ਮੋਢਾ ਚਾਹੀਦਾ। ਯਾਨੀ ਉਹਨਾਂ ਦੀ ਲੋਕਪ੍ਰੀਤਤਾ ਕੋਈ ਨਹੀਂ। ਸੋ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਨਹੀਂ ਕਰਨੀਆਂ ਚਾਹੀਦੀਆਂ ਔਰ ਕੈਪਟਨ ਅਮਰਿੰਦਰ ਸਿੰਘ ਕੀ ਨੇ ਕੀ ਨਹੀਂ ਹਨ ਇਹ ਪਟਿਆਲੇ ਦੇ ਲੋਕਾਂ ਨੇ ਫੈਸਲਾ ਕਰਨਾ ਹੈ ਨਾ ਕਿ ਲਾਲ ਸਿੰਘ ਹੋਰਾ ਨੇ ਕਰਨਾ ਜੀ ਬਿਲਕੁਲ ਸੋ ਜਨਤਾ ਨੂੰ ਹੀ ਹੱਕ ਦਿੱਤਾ ਜਾਣਾ ਚਾਹੀਦਾ ਹੈ ਕਿ ਉਹ ਫੈਸਲਾ ਕਰਨ ਕਿ ਕੌਣ ਕਿਸ ਤਰ੍ਹਾਂ ਦੀ ਸ਼ਖਸੀਅਤ ਦਾ ਮਾਲਕ ਹੈ ਇਹਦੇ ਨਾਲ ਹੀ ਗੱਲ ਕਰਦੇ ਆ ਸਰ ਅੱਜ ਗਣਤੰਤਰ ਦਿਵਸ ਹੈ ਪੂਰੇ ਭਾਰਤ ਦੇ ਵਿੱਚ ਜਿਹੜਾ ਤੁਮਤਾਮ ਨਾਲ ਮਨਾਇਆ ਜਾਂਦਾ ਹੈ ਇਹ ਦਿਨ ਸੋ ਸਾਡੇ ਸਾਰੇ ਹੀ ਜਿਹੜੇ ਦੇਸ਼ ਵਾਸੀ ਨੇ ਉਹਨਾਂ ਨੂੰ ਸਾਡੀ ਟੀਮ ਦੇ ਵੱਲੋਂ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ ਇਹਦੇ ਨਾਲ ਹੀ ਗੱਲ ਕਰਾਂਗੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਜਿਨ੍ਹਾਂ ਨੇ ਅੱਜ ਦੇ ਦਿਨ ਲੋਕਾਂ ਨੂੰ ਸੰਬੋਧਨ ਕੀਤਾ ਔਰ ਸੰਬੋਧਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਨਾਲ ਦੇਸ਼ ਨੇ ਭਾਰਤ ਨੇ ਬੜੀ ਹੀ ਮਜ਼ਬੂਤੀ ਦੇ ਨਾਲ ਜੜਾ ਹੈ ਇਸ ਨੂੰ ਨਜਿੱਠਿਆ ਕੀ ਕਹੋਗੇ ਤੁਸੀਂ ਉਹਨਾਂ ਦੇ ਇਸ ਬਿਆਨ ਬਾਰੇ ਦੇਖੋ ਸ਼ੀਤਲ ਜਿਹੜੇ ਰਾਸ਼ਟਰਪਤੀ ਹੁੰਦੇ ਸਾਡੇ ਬੜਾ ਉੱਚਾ ਉਹਦਾ ਹੈ ਸਭ ਤੋਂ ਉੱਚਾ ਉਹਦਾ ਹੈ ਹਾਂ ਉਹ ਖੁਦ ਕੋਲੋਂ ਨਹੀਂ ਬੋਲ ਸਕਦੇ ਹੁੰਦੇ। ਮਤਲਬ ਇਹ ਨਹੀਂ ਹੋ ਸਕਦਾ ਕਿ ਰਾਸ਼ਪਤੀ ਖੁਦ ਭਾਸ਼ਣ ਤਿਆਰ ਕਰ ਲੈਣ। ਹੂੰ ਤੇ ਫਿਰ ਉਹ ਭਾਸ਼ਣ ਮਤਲਬ ਬੋਲ ਦੇਣ। ਬੋਲ ਦੇਣ ਜਾਂ ਕਿਸੇ ਵੀ ਮਾਧਿਅਮ ਦੇ ਰਾਹੀਂ। ਉਹ ਖ਼ਬਰਾਂ ਦੇ ਰਾਹੀਂ ਜਾਂ ਟੀਵੀ ਚੈਨਲਾਂ ਦੇ ਰਾਹੀਂ ਜਾਂ ਰੇਡੀਓ ਦੇ ਰਾਹੀਂ ਜਿੰਨੇ ਵੀ ਪ੍ਰਸਾਰ ਮਾਧਿਅਮ ਨੇ ਪ੍ਰਚਾਰ ਤੇ ਪ੍ਰਸਾਰ ਮਾਧਿਅਮ ਨੇ। ਉਹਨਾਂ ਨੂੰ ਹੀ ਭਾਸ਼ਣ ਲਿਖ ਕੇ ਦਿੱਤਾ ਜਾਂਦਾ ਸਰਕਾਰ ਵੱਲੋਂ। ਹੂੰ ਔਰ ਸਰਕਾਰ ਨੇ ਨਿਰਧਾਰਤ ਕਰਦੀ ਹੈ ਕਿ ਜਿਹੜੇ ਰਾਸ਼ਟਰਪਤੀ ਨੇ ਉਹ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਤੇ ਕੀ ਸੰਦੇਸ਼ ਦੇਣਗੇ। ਉਸ ਤੋਂ ਪਹਿਲਾਂ ਇਹ ਪ੍ਰਸਾਰਿਤ ਹੁੰਦਾ ਹੈ ਔਰ ਆਲ ਇੰਡੀਆ ਰੇਡੀਓ ਤੇ ਦੂਰਦਰਸ਼ਨ ਜਿਹੜਾ ਇਸ ਨੂੰ ਪ੍ਰਸਾਰਿਤ ਕਰਦੇ ਆ ਕਈ ਭਾਰਤ ਸੂਬਾਈ ਭਾਸ਼ਾ ਦੇ ਵਿੱਚ ਇਹਨੂੰ ਟਰਾਂਸਲੇਟ ਕੀਤਾ ਜਾਂਦਾ ਕੱਲਾ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਉਹ ਸਰਕਾਰ ਪੱਖੀ ਹੁੰਦੀਆਂ ਨੇ ਉਹਦੇ ਵਿੱਚ ਸਰਕਾਰ ਨੂੰ ਵਧਾਇਆ ਜਾਂਦਾ ਔਰ ਇਹ ਦਿਖਾਇਆ ਜਾਂਦਾ ਕਿ ਸਰਕਾਰ ਜਿਹੜੀ ਹੈ ਪੂਰੀ ਤਰ੍ਹਾਂ ਹਰ ਮਹਾਸਤੇ ਸਫਲ ਰਹੀ ਹੈ ਪਰ ਗੱਲ ਇਹ ਹੈ ਕਿ ਲੋਕ ਭਾਸ਼ਣ ਤੇ ਮਨਸਰ ਨਹੀਂ ਕਰਦੇ ਹੂੰ ਲੋਕਾਂ ਦੇ ਸਾਹਮਣੇ ਉਹ ਹਕੀਕਤਾਂ ਹੁੰਦੀਆਂ ਨੇ ਜਿਹੜੀਆਂ ਜਦੋਂ ਕਿਸੇ ਘਟਨਾ ਦਾ ਜ਼ਿਕਰ ਕੀਤਾ ਹੈ ਕਿ ਜੀ ਕੋਵਿਡ ਦੇ ਦੌਰਾਨ ਅਸੀਂ ਆਇਆ ਕਰਤਾ ਸਾਡੀ ਆਪਰਾਪਤੀ ਰਹੀ ਹੈ ਲੇਕਿਨ ਉਹ ਪ੍ਰਾਪਤੀਆਂ ਨੂੰ ਲੋਕ ਫਿਰ ਉਹਦਾ ਮੁਲਾਂਕਣ ਕਰਦੇ ਆ ਕਿ ਪ੍ਰਾਪਤੀ ਵਾਕਈ ਸੀ ਕੋਈ ਇਸ ਸਰਕਾਰ ਦੀ ਹੂੰ ਤੁਸੀਂ ਵੇਖੋ ਕਿ ਕਰੋੜ ਬੰਦਾ ਸਿਰ ਤੇ ਸਾਮਾਨ ਚੱਕ ਕੇ ਖੌਫ ਜ਼ਦਾ ਹੋਇਆ ਉਹ ਗਰੀਬ ਜਿਹਦੇ ਵਿੱਚ ਸ਼ਾਮਲ ਨੇ ਫਿਰ ਰੇੜੀਆਂ ਫੜੀਆਂ ਵਾਲੇ ਸ਼ਾਮਲ ਨੇ ਮਜ਼ਦੂਰ ਸ਼ਾਮਲ ਨੇ ਜਿਨ੍ਹਾਂ ਕੋਲ ਉਪਜੀਵਕਾ ਦਾ ਹੋਰ ਕੋਈ ਸਾਧਨ ਬਚਿਆ ਹੀ ਨਹੀਂ ਜਿਨ੍ਹਾਂ ਦੀ ਜੇਬ 'ਚ ਕੋਈ ਪੈਸਾ ਨਹੀਂ ਜਿਨ੍ਹਾਂ ਦੇ ਖਾਣ ਵਾਸਤੇ ਕੋਈ ਰੋਟੀ ਨਹੀਂ ਉਹ ਪੈਦਲ ਹਜ਼ਾਰਾਂ ਮੀਲਾਂ ਦੇ ਸਫ਼ਰ ਤੇ ਨਿਕਲੇ ਔਰ ਕਿਸੇ ਨੇ ਧਿਆਨ ਨਹੀਂ ਦਿੱਤਾ ਜਦੋਂ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਲਿਆਂਦਾ ਗਿਆ ਤਾਂ ਜਿਹੜੇ ਸੋਲੀਸਟਰ ਜਨਰਲ ਸੀ ਉਹਨਾਂ ਨੇ ਗਿਆ ਸੁਪਰੀਮ ਕੋਰਟ ਦੇ ਵਿੱਚ ਕਿ ਜੀ ਕੋਈ ਬੰਦਾ ਜਿਹੜਾ ਹੈ ਕਿਤੇ ਨਹੀਂ ਜਾ ਰਿਹਾ ਇਸ ਗੱਲ ਤੇ ਪਰਦਾ ਪਾਇਆ ਹੋਇਆ ਦੇਸ਼ ਦੀਆਂ 19 ਹਾਈ ਕੋਰਟਾਂ ਦੇ ਜਿਹੜੇ ਹਾਈ ਕੋਰਟਾਂ ਦੇ ਜਿਹੜੇ ਜਸਟਿਸਿਸ ਸੀਗੇ ਉਹਨਾਂ ਨੇ ਇਹ ਗੁਹਾਰ ਲਈ ਕਿੰਨਾ ਬਾਰੀ ਸੋਚਿਆ ਜਾਵੇ ਸਾਰੀਆਂ ਗੱਲਾਂ ਬਾਨਿਸ਼ਮੰਦਾ ਦੀਆਂ ਬੁੱਧੀਜੀਵੀਆਂ ਦੀਆਂ ਪੱਤਰਕਾਰਾਂ ਦੀਆਂ ਦਰਕਨਾਰ ਕਰ ਦਿੱਤੀਆਂ ਗਈਆਂ ਔਰ ਫਿਰ ਜੋ ਹਾਲ ਹੋਇਆ ਵਿਖਿਆ ਸੁਪਰੀਮ ਕੋਰਟ ਨੇ ਵੀ ਫਿਰ ਇਸ ਗੱਲ ਦਾ ਨੋਟਿਸ ਨਹੀਂ ਲਿਆ ਕਿ ਇੰਨੀ ਵੱਡੀ ਤਾਦਾਦ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਇੱਕ ਤਰ੍ਹਾਂ ਨਾਲ ਕੌਰਾਹ ਮਚ ਗਿਆ ਔਰ ਲੋਕ ਮਰ ਰਹੇ ਨੇ ਕਿਸੇ ਨੂੰ ਪਾਣੀ ਨਹੀਂ ਮਿਲ ਰਿਹਾ ਕਿਸੇ ਨੂੰ ਰੋਟੀ ਨਹੀਂ ਮਿਲ ਰਹੀ ਔਰ ਉਹ ਵਿਚਾਰੇ ਪੈਦਲ ਆਪਣੇ ਮਤਲਬ ਹਜ਼ਾਰਾਂ ਮੀਲਾਂ ਦੂਰ ਘਰਾਂ ਨੂੰ ਜਾ ਰਹੇ ਨੇ ਉਹਨਾਂ ਦਾ ਕੁਝ ਸੋਚੋ ਕਿਸੇ ਨੇ ਨਹੀਂ ਸੋਚਿਆ ਤੇ ਜਦੋਂ ਜਾਗ ਆਈ ਦੇਸ਼ ਨੂੰ ਜਾ ਗਈ ਜਾਂ ਹੁਕਮਰਾਨ ਨੂੰ ਜਾ ਗਈ ਜਾਂ ਹਾਕਮ ਨੂੰ ਜਾ ਗਈ ਜਾਂ ਇਨਸਾਫ ਦੇ ਤਰਾਜ਼ੂ ਨੂੰ ਪਤਾ ਲੱਗਿਆ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਦੇਰ ਹੋ ਚੁੱਕੀ ਸੀ ਬਿਲਕੁਲ ਔਰ ਤੁਸੀਂ ਵੇਖਿਆ ਹੋਣਾ ਕਿ ਉਦੋਂ ਬਾਅਦ ਹਾਲ ਕੀ ਹੋਇਆ ਕੋਵਿਡ ਦੇ ਦੌਰਾਨ ਗੰਗਾ ਦੇ ਵਿੱਚ ਜਿੰਨੀਆਂ ਲਾਸ਼ਾਂ ਵਹੀਆਂ ਉਹ ਹਕੀਕਤ ਵੀ ਕਿਸੇ ਤੋਂ ਲੁਕੀ-ਚੁਪੀ ਨਹੀਂ ਹੈ ਔਰ ਆਕਸੀਜਨ ਕਾਰਨ ਕਿੰਨੇ ਹਸਪਤਾਲਾਂ ਦੇ ਵਿੱਚ ਲੋਕ ਮਾਰੇ ਗਏ ਔਰ ਤੁਸੀਂ ਦਿੱਲੀ 'ਚ ਵੇਖਿਆ ਹੋਣਾ ਸ਼ਮਸ਼ਾਨ ਘਾਟ ਤੇ ਲੋਕ ਆਪਣੇ ਮਰਦਿਆਂ ਨੂੰ ਜਲਾਉਣ ਵਾਸਤੇ ਕਤਾਰਾਂ ਬਣ ਕੇ ਖੜੇ ਰਹੇ ਜੇ ਤੁਸੀਂ ਇਸ ਨੂੰ ਪ੍ਰਾਪਤੀ ਸਮਝਦੇ ਹੋ ਤਾਂ ਫਿਰ ਮੈਂ ਸਮਝਦਾ ਕਿ ਇਹ ਬਹੁਤ ਮਤਲਬ ਕਹਿ ਲੋ ਬਚਗਾਨਾ ਗੱਲ ਹੈ ਕਿ ਅਸੀਂ ਇਸ ਨੂੰ ਏਉਂ ਪੇਸ਼ ਕਰਨੇ ਆ ਦੁਨੀਆ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕੋਵਿਡ ਦੇ ਦੌਰਾਨ ਸਾਡੀਆਂ ਪ੍ਰਾਪਤੀਆਂ ਕੀ ਨੇ ਤੇ ਸਾਡੀਆਂ ਨਾਕਾਮੀਆਂ ਕੀ ਸਨ ਔਰ ਅਜੇ ਵੀ ਉਸ ਤੋਂ ਸਬਕ ਨਹੀਂ ਲਿਆ ਗਿਆ ਸਾਡਾ ਜਿਹੜਾ ਸਿਹਤ ਸਿਸਟਮ ਹੈ ਸਿਹਤ ਪ੍ਰਣਾਲੀ ਹੈ ਉਸ ਨੂੰ ਚੁਸਤ ਦਰੁਸਤ ਕਰਨ ਵਾਸਤੇ ਵੀ ਕੋਈ ਪ੍ਰਬੰਧ ਅਗਾਉ ਨਹੀਂ ਕੀਤਾ ਗਿਆ 4 ਘੰਟਿਆਂ ਦੇ ਨੋਟਿਸ ਤੇ ਤੁਸੀਂ ਤਾਲਾਬੰਦੀ ਕਰਤੀ ਮੁਲਕ ਦੇ ਵਿੱਚ ਔਰ ਫਿਰ ਇਸ ਤਰ੍ਹਾਂ ਦੇ ਮਤਲਬ ਤੁਸੀਂ ਫਰਮਾਨ ਜਾਰੀ ਕੀਤੇ ਕਿ ਤਾਲੀਆਂ ਜਿਹੜੀਆਂ ਥਾਲੀਆਂ ਖੜਕਾ ਦਿਓ ਪਰ ਪਿਸਤਲ ਦੇ ਭਾਂਡੇ ਖੜਕਾਓ ਮਤਲਬ ਇਹ ਕੋਈ ਗੱਲਾਂ ਨੇ ਔਰ ਉਹ ਗੱਲਾਂ ਉਦੋਂ ਹੋ ਰਹੀਆਂ ਨੇ 21ਵੀਂ ਸਦੀ ਦੇ ਵਿੱਚ ਜਦੋਂ ਕਿ ਜਿਹੜੇ ਲੋਕ ਨੇ ਜਾਂ ਇੱਥੋਂ ਦੇ ਰਹਿਣ ਵਾਲੇ ਨੇ ਜਿਹੜੇ ਧਰਤੀ ਦੇ ਵਸਿੰਦੇ ਨੇ ਉਹ ਸਤਾਰਿਆਂ 'ਚ ਆਪਣੇ ਹਮਸਾਇਏ ਤਲਾਸ਼ ਕਰ ਰਹੇ ਨੇ ਤਾਂ ਉਸ ਵੇਲੇ ਤੁਸੀਂ ਇਹ ਦੱਸ ਰਹੇ ਹੋ ਕਿ ਲਾਈਟ ਜਗਾਉਣ ਨਾਲ ਜਿਹੜਾ ਹੈ ਇਹ ਕਰੋਨਾ ਭੱਜ ਜਾਵੇਗਾ ਸਰ ਇੱਥੇ ਮੈਂ ਤੁਹਾਨੂੰ ਥੋੜਾ ਜਿਹਾ ਰੋਕੂੰਗੀ ਕਿਉਂਕਿ ਕਈ ਵਾਰ ਨਾ ਸੀ ਲੋਕਾਂ ਨੂੰ ਜਦੋਂ ਪੁੱਛਦੇ ਆ ਕਿ ਜਦੋਂ 22 ਮਾਰਚ ਦੇ ਦਿਨ ਜਿਹੜਾ ਜਨਤਾ ਕਰਫਿਊ ਲਗਾਇਆ ਗਿਆ ਸੀ ਕੋਵਿਡ ਦੇ ਕਾਰਨ ਉਸ ਤੋਂ ਬਾਅਦ ਜਿਹੜਾ 40 ਦਿਨ ਦਾ ਜਿਹੜਾ ਬੰਦ ਕਰ ਦਿੱਤਾ ਗਿਆ ਮੁਲਕ ਨੂੰ ਤੁਹਾਡੇ ਕੀ ਵਿਚਾਰ ਨੇ ਸੋ ਕਈ ਲੋਕਾਂ ਦੇ ਤੁਹਾਡੇ ਵਰਗੇ ਵਿਚਾਰ ਨੇ ਪਰ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਬਹੁਤ ਸਾਰੇ ਮੁਲਕਾਂ ਦੇ ਵਿੱਚ ਲਾਕਡਾਊਨ ਲੱਗ ਚੁੱਕਾ ਸੀ ਔਰ ਜਦੋਂ ਭਾਰਤ ਦੇ ਵਿੱਚ ਇਹ ਕੋਵਿਡ ਆਇਆ ਤੇ ਲਾਕਡਾਊਨ ਲਗਾਉਣਾ ਜ਼ਰੂਰੀ ਸੀ ਜਾਂ ਦੂਜੇ ਦੇਸ਼ਾਂ ਨੇ ਲਾਕਡਾਊਨ ਲਗਾਉਣਾ ਹੀ ਇਸ ਨੂੰ ਇੱਕ ਸਮਝਿਆ ਜ਼ਰੂਰੀ ਤੇ ਫਿਰ ਭਾਰਤ ਵਿੱਚ ਕਿਉਂ ਨਹੀਂ ਸੀ ਲੱਗ ਸਕਦਾ ਇਹਦੇ ਬਾਰੇ ਤੁਹਾਡੇ ਕੀ ਕਹੋਗੇ ਤੁਸੀਂ ਦੇਖੋ ਗੱਲ ਇਹ ਹੁੰਦੀ ਹੈ ਮੈਂ ਮੰਨ ਲਓ ਸੋਚਦਾ ਵੀ ਮੈਂ ਘਰੋਂ ਬਾਹਰ ਨਹੀਂ ਨਿਕਲਣਾ ਅੱਜ ਜਾਂ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਜਾਣ ਦੇਣਾ ਠੀਕ ਤਾਂ ਮੈਂ ਕੀ ਕਰੂੰਗਾ ਮੈਂ ਬੱਚਿਆਂ ਨੂੰ ਇਹ ਕਹਿ ਦੂੰਗਾ ਕਿ ਵੀ ਤੁਸੀਂ ਕੱਲ ਤੋਂ 40 ਦਿਨ ਵਾਸਤੇ ਬਾਹਰ ਨਹੀਂ ਨਿਕਲੋਗੇ ਹਾਂ ਤਾਂ ਬੱਚੇ ਮੈਨੂੰ ਪੁੱਛਣਗੇ ਬਾਪੂ ਰਾਸ਼ਨ ਹੈਗਾ ਜੇ ਅਸੀਂ ਬਿਮਾਰ ਹੋਈ ਜੀ ਕੋਈ ਦਵਾਈ ਦਰ ਜੁਬੂਟੀ ਹੈ ਕਰੇ ਹਾਂ ਜੇ ਕਿਸੇ ਦੇ ਸਿਰ ਦਰਦ ਹੋਵੇ ਕੋਈ ਗੋਲੀ ਹੈ ਠੀਕ ਜੇ ਸਾਨੂੰ ਕੋਈ ਹੋਰ ਸਮੱਸਿਆ ਆ ਜਾਏ ਪੜ੍ਹਨ ਲਿਖਣ ਦੀ ਤਾਂ ਉਹਨੂੰ ਕਿਵੇਂ ਨਿਜਠੋਗੇ ਹਨਾ ਜੇ ਵਾਕਈ ਅਸੀਂ ਫੇਰ ਵੀ ਬਿਮਾਰ ਹੋ ਗਏ ਤਾਂ ਆਕਸੀਜਨ ਦਾ ਪ੍ਰਬੰਧ ਹੈ ਤੁਸੀਂ ਕਿਸੇ ਗੱਲ ਦਾ ਐਲਾਨ ਕਰਨ ਤੋਂ ਪੇਸ਼ਤਾਰਾ ਜੇ ਇਹ ਨਹੀਂ ਵੇਖਦੇ ਕਿ ਹਸਪਤਾਲਾਂ 'ਚ ਵਿਵਸਥਾ ਕੀ ਹੈ ਜੀ ਔਰ ਜੇ ਤੁਸੀਂ ਇਹ ਨਹੀਂ ਵੇਖਦੇ ਕਿ ਇੱਕ ਘਰਬ 35 ਕਰੋੜ ਦੀ ਆਬਾਦੀ ਦੇ ਵਿੱਚ ਜਿੰਨੀ ਚੰਨ ਸੰਖਿਆ ਗਰੀਬ ਹੈ ਗਰਬਤ ਨਾਲ ਮਤਲਬ ਮਰ ਰਹੀ ਹੈ ਭੁੱਖਮਰੀ ਨਾਲ ਮਰ ਰਹੀ ਹੈ ਉਸ ਦਾ ਤੁਸੀਂ ਖਿਆਲ ਤੱਕ ਨਹੀਂ ਕੀਤਾ ਤੁਹਾਨੂੰ ਇਹ ਨਹੀਂ ਪਤਾ ਕਿ ਖੌਪ ਪਸਰ ਜਾਵੇਗਾ ਯਕਦਮ ਤੁਸੀਂ ਐਲਾਨ ਕਰਤਾ ਔਰ ਲੋਕ ਸੜਕਾਂ ਦੇ ਤੁਰਪੇ ਆਪਣੇ ਘਰਾਂ ਨੂੰ ਡਰ ਕੇ ਉਹਨਾਂ ਦੀ ਰੋਟੀ ਦਾ ਪ੍ਰਬੰਧ ਤੁਸੀਂ ਅਗਾਊਂ ਕਰਨਾ ਸੀ ਤੁਹਾਨੂੰ ਇਹ ਪਹਿਲਾਂ ਪਤਾ ਹੋਣਾ ਚਾਹੀਦਾ ਸੀ ਤੇ ਫਿਰ ਤੁਸੀਂ ਹੁਕਮਰਾਨ ਕਿਹੜੇ ਤੁਹਾਨੂੰ ਜੇਬ ਇਹ ਨਹੀਂ ਤੁਸੀਂ ਸੋਚਿਆ ਕਿ ਆਉਣ ਵਾਲੇ ਸਮੇਂ ਚ ਕਿਹੜੀਆਂ-ਕਿਹੜੀਆਂ ਮੁਸ਼ਕਿਲਾਂ ਪੈਦਾ ਹੋ ਸਕਦੀਆਂ ਨੇ ਕਿਸ ਤਰ੍ਹਾਂ ਦੇ ਸੰਗੀਨ ਹਾਲਾਤ ਪੈਦਾ ਹੋ ਸਕਦੇ ਨੇ ਤੁਸੀਂ ਸੋਚਿਆ ਨਹੀਂਗਾ ਇਹ ਨਹੀਂਗਾ ਤੁਸੀਂ ਲੋਕਡਾਊਨ ਲਾਇਆ ਤਾਂ ਬਹੁਤ ਚੰਗੀ ਗੱਲ ਕੀਤੀ ਬੜਾ ਕੁਝ ਰੋਸ ਨੂੰ ਰੋਕਿਆ ਜਾ ਸਕਦਾ ਸੀ ਪਰ ਇੱਥੇ ਤਾਂ ਉਲਟ ਹੋ ਗਿਆ ਹਮ ਆਕਸੀਜਨ ਦੀ ਕਾਰਟ ਸੀ ਕਿ ਲੋਕ ਮਰ ਗਏ ਹਮ ਸੜਕਾਂ ਤੇ ਟੁੱਟੇ ਜਾਂਦੇ ਲੋਕ ਮਰ ਗਏ ਹਾਦਸਿਆਂ ਦਾ ਸ਼ਿਕਾਰ ਹੋ ਗਏ ਹਮ ਔਰ ਕਈ ਬੰਦੇ ਜ ਬੜੇ ਮਤਲਬ ਜੜੇ ਇਲਾਜ ਪੱਖੋਂ ਹੀ ਮਰ ਗਏ ਹਮ ਔਰ ਇੱਕ ਪਾਸੇ ਮਤਲਬ ਬੈੱਡ ਦੇ ਉੱਤੇ ਇੱਕ ਵਿਅਕਤੀ ਦੀ লাশ ਪਈ ਹੈ ਔਰ ਦੂਜੇ ਪਾਸੇ ਇੱਕ ਵਿਅਕਤੀ ਦਾ ਇਲਾਜ ਹੋ ਰਿਹਾ ਕੋਰੀਡੋਰਸ ਦੇ ਵਿੱਚ ਲੋਕ ਮਤਲਬ ਲੰਮੇ ਪੈ ਗਏ ਸ਼ਮਸ਼ਾਨ ਘਾਟਾਂ ਦੇ ਵਿੱਚ ਲੱਕੜਾਂ ਦੀ ਕਾਟ ਹੋ ਗਈ ਹਰਿਆਣੇ ਦੇ ਵਿੱਚ ਮਤਲਬ ਜਿਹੜਾ ਸਰਕਾਰ ਨੇ ਹੁਕਮ ਦਿੱਤਾ ਕਿ ਜਿਹੜੀ ਵਾਧੂ ਲੱਕੜ ਪਈ ਆ ਉਹ ਦਿੱਲੀ ਪਹਚਾਓ ਕਿਉਂਕਿ ਉੱਥੇ ਲੱਕੜਾਂ ਖਤਮ ਹੋ ਗਈਆਂ ਤਾਂ ਮਤਲਬ ਤੁਸੀਂ ਇਹ ਸਾਰੇ ਪ੍ਰਬੰਧ ਪਹਿਲਾਂ ਕਿਉਂ ਨਾ ਕੀਤੇ ਜੀ ਜਦੋਂ ਸਾਰੀ ਦੁਨੀਆ ਵਿੱਚ ਲਾਕਡਾਊਨ ਲੱਗ ਚੁੱਕਿਆ ਸੀਗਾ ਤੇ ਦੁਨੀਆ ਇਹ ਤੋਂ 다ਕੇ 월드 헬스 오르가니제이션 ਤੋਂ ਬਾਰ-ਬਾਰ ਚੇਤਾਵਨੀ ਦੇ ਰਹੀ ਸੀ ਕਿ ਤੁਸੀਂ ਹੁਣੇ ਪ੍ਰਬੰਧ ਕਰ ਲਓ ਪ੍ਰਬੰਧ ਕੀਤਾ ਕੋਈ ਨਹੀਂਗਾ ਹੂੰ ਤਾਂ ਫਿਰ ਪ੍ਰਬੰਧ ਕੀ ਕੀਤਾ ਗਿਆ ਪੇ ਥਾਲੀਆਂ ਖੜਕਾਓ ਹੂੰ ਤੇ ਕੋਈ ਰੋਣਾ ਪਾ ਜਾਓ ਜੀ ਇਹਦੇ ਨਾਲ ਹੀ ਨਾਲ ਚੋਣਾ ਦੀ ਚੰਗੇਰ ਪ੍ਰੋਗਰਾਮ ਦੇ ਵਿੱਚ ਅੱਜ ਫਿਲਹਾਲ ਗੱਲਾਂ ਇੰਨੀਆਂ ਹੀ ਕੱਲ ਨਵੇਂ ਪੱਖ ਦੇ ਮੁੱਦੇ ਲੈ ਕੇ ਸਿਆਸਤ ਨਾਲ ਜੁੜੇ ਮੁੱਦੇ ਲੈ ਕੇ ਚੋਣਾ ਦਾ ਸੱਚ ਤੇ ਸੱਚ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ